ਜਿਵੇਂ ਕਿ ਆਪ ਜੀ ਨੂੰ ਪਤਾ ਹੈ ਕਿ ਜੂਨ ਮਹੀਨਾ ਸਿੱਖਾਂ ਲਈ ਹਮੇਸ਼ਾ ਦੀ ਤਰ੍ਹਾਂ ਜਾਣਿਆ ਜਾਣ ਵਾਲਾ ਇਹ ਆਉਣ ਵਾਲੇ ਸਮੇਂ 'ਚ ਇੱਕ ਅਜਿਹਾ ਦੁਖਦਾਈ ਮਹੀਨਾ ਹੈ ਜਦੋਂ ਕਿ ਸੰਨ 1984 ਦੇ ਵਿੱਚ ਸ੍ਰੀ ਦਰਬਾਰ ਸਾਹਿਬ 'ਤੇ ਭਾਰਤੀ ਆਰਮੀ ਨੇ ਹਮਲਾ ਕੀਤਾ ਸੀ ਅਤੇ ਉੱਥੇ ਬਹੁਤ ਸਾਰੇ ਨਿਹੱਥੇ ਲੋਕਾਂ ਨੂੰ ਮਾਰ ਦਿੱਤਾ, ਸ਼ਹੀਦ ਕਰ ਦਿੱਤਾ। ਉਹਨਾਂ ਦੀ ਯਾਦ ਦੇ ਵਿੱਚ ਸਾਰੇ ਸੰਸਾਰ ਦੇ ਵਿੱਚ ਪ੍ਰੋਗਰਾਮ ਉਲੀਕੇ ਜਾਂਦੇ ਹਨ ਅਤੇ ਜਿਉਂ ਜਿਉਂ ਇਹ ਸਮਾਂ ਬੀਤਦਾ ਜਾ ਰਿਹਾ ਹੈ ਅਤੇ ਜ਼ਖਮ ਹੋਰ ਵੀ ਗਹਿਰੇ ਹੁੰਦੇ ਜਾ ਰਹੇ ਹਨ, ਸੋ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਅਸੀਂ ਉਹਨਾਂ ਸ਼ਹੀਦਾਂ ਨੂੰ, ਉਹਨਾਂ ਯੋਧਿਆਂ ਨੂੰ ਪ੍ਰਣਾਮ ਕਰਦੇ ਹਾਂ ਜਿਹੜੇ ਸੰਨ 1984 ਤੋਂ ਬਾਅਦ ਜਾਂ ਫਿਰ ਪਹਿਲਾਂ ਸ਼ਹੀਦ ਹੋਏ, ਸਾਡੀ ਉਹਨਾਂ ਨੂੰ ਨਮਸਕਾਰ। ਸੋ ਅੱਜ ਅਸੀਂ ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ ਜਿਸ ਦੇ ਵਿੱਚ ਸਾਡੇ ਪਾਸ ਦੋ ਮਹਿਮਾਨ ਹਨ, ਜਿਹੜਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਹੀਦੀ ਨਗਰ ਕੀਰਤਨ ਮਨਾਇਆ ਜਾ ਰਿਹਾ ਹੈ, ਉਸ ਸੰਦਰਭ ਦੇ ਵਿੱਚ ਸਤਪਾਲ ਜੌਲ ਜੀ ਅਤੇ ਬ੍ਰਿਗੇਡੀਅਰ ਨਵਾਬ ਸਿੰਘ ਹੀਰ ਵੀ ਦੂਸਰੇ ਭਾਗ ਦੇ ਵਿੱਚ ਸ਼ਿਰਕਤ ਕਰਨਗੇ। ਇਸ ਤੋਂ ਇਲਾਵਾ ਅਸੀਂ ਆਪ ਜੀ ਨੂੰ ਯਾਦ ਦਿਲਾਉਣਾ ਚਾਹੁੰਦੇ ਹਾਂ ਕਿ ਤੁਸੀਂ ਮੇਨ ਸਟ੍ਰੀਮ 'ਤੇ ਵੀ ਇਸ ਹਫ਼ਤੇ ਰੇਡੀਓ ਜਿਹੜਾ 960 ਹੈ ਉਹਦੇ 'ਤੇ ਵੀ ਵਾਰਤਾਲਾਪ ਸੁਣੋਗੇ। ਸੋ 960 AM ਰੇਡੀਓ ਜਿਹੜਾ ਮੇਨ ਸਟ੍ਰੀਮ ਦੇ ਵਿੱਚ ਇਹ 960 AM ਚੱਲ ਰਿਹਾ ਹੈ, ਉਸ ਦੇ ਵਿੱਚ ਵੀ ਇਹਨਾਂ ਦਿਨਾਂ ਨੂੰ ਯਾਦ ਕੀਤਾ ਜਾਏਗਾ ਅਤੇ ਜਿਹੜੇ ਸਪੀਕਰ ਹੋਣਗੇ ਉਹ ਵੱਧ ਤੋਂ ਵੱਧ ਜਾਣਕਾਰੀ ਮੇਨ ਸਟ੍ਰੀਮ ਨੂੰ ਇੰਗਲਿਸ਼ ਦੇ ਵਿੱਚ ਦੇਣਗੇ ਤਾਂ ਕਿ ਸਿੱਖਾਂ ਦੇ ਨਾਲ ਜੋ ਉਸ ਟਾਈਮ 'ਤੇ ਜਾਇਜ਼ਤੀਆਂ ਹੋਈਆਂ ਉਹਨਾਂ ਦਾ ਵਿਖਿਆਨ ਕੀਤਾ ਜਾ ਸਕੇ। ਲਓ ਸਤਪਾਲ ਜੌਲ ਜੀ ਦਾ ਸਵਾਗਤ ਕਰਦੇ ਹਾਂ। ਜੌਲ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰਦਾਰ ਰਵਿੰਦਰ ਸਿੰਘ ਜੀ ਪੰਨੂ, ਸਾਰੇ ਸਰੋਤਿਆਂ ਦੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਆਖਦੇ ਹਾਂ ਜੀ। ਬਹੁਤ ਬਹੁਤ ਧੰਨਵਾਦ ਕਿ ਤੁਸੀਂ ਹਰ ਐਤਵਾਰ ਦੀ ਤਰ੍ਹਾਂ ਪ੍ਰੋਗਰਾਮ ਦੇ ਨਾਲ ਜੁੜ ਗਏ ਹੋਵੋਗੇ। ਅਤੇ ਅਸੀਂ ਜਿਸ ਤਰ੍ਹਾਂ ਦੱਸਿਆ ਪ੍ਰੋਗਰਾਮ ਦੇ ਵਿੱਚ ਸਰਦਾਰ ਰਵਿੰਦਰ ਸਿੰਘ ਪੰਨੂ ਹੋਣਾ ਨੇ ਕਿ ਹਰ ਸਾਲ ਜਦੋਂ ਜੂਨ ਦਾ ਪਹਿਲਾ ਇਹ ਮਹੀਨਾ ਆਉਂਦਾ ਅਤੇ ਫਿਰ ਅਸੀਂ ਯਾਦ ਕਰਦੇ ਹਾਂ, ਕਹਿ ਲਓ ਵੀ ਉਹ ਜੋ ਘਟਨਾਵਾਂ, ਇੱਕ ਵੱਡਾ ਸਾਕਾ ਨੀਲਾ ਤਾਰਾ ਕਹਿ ਲਓ ਜਾਂ ਜੋ ਵੀ ਉਹਨੂੰ ਨਾਂ ਦੇਣਾ ਹੈ ਜੀ, ਸੋ ਉਹ ਜਿਹੜਾ ਵੱਡਾ ਸਿੱਖ ਕੌਮ ਦੇ ਨਾਲ ਸਾਕਾ ਵਾਪਰਿਆ ਜੀ, ਤੋ ਸ੍ਰੀ ਅਕਾਲ ਤਖਤ ਸਾਹਿਬ ਦੀ ਤਬਾਹੀ, ਦਰਬਾਰ ਸਾਹਿਬ ਸਮੂਹ ਸਰੋਵਰ ਪਰਿਕਰਮਾ, ਕਿਉਂਕਿ ਜਿਹੜੇ ਉਹ ਖੰਡਰ ਬਣਾਏ, ਦਰਸ਼ਨੀ ਦਿਓੜੀ, ਬਾਕੀ ਸਭ ਕੁਝ ਉਹ ਟੱਠੇ ਅਸੀਂ ਅੱਖੀਂ ਜਾ ਕੇ ਦੇਖੇ ਸੀਗੇ ਜੀ। ਹਾਂਜੀ, ਸੋ ਇਸ ਕਰਕੇ ਆ ਜੀ ਵੀ ਹਰ ਸਾਲ ਇਸ ਮੌਕੇ 'ਤੇ ਜਦੋਂ ਤੋਂ ਟੈਲੀਵਿਜ਼ਨ 'ਤੇ ਪ੍ਰੋਗਰਾਮ ਸ਼ੁਰੂ ਹੋਇਆ ਉਦੋਂ ਤੋਂ ਲਗਾਤਾਰ ਅਤੇ ਰੇਡੀਓ 'ਤੇ ਜੂਨ ਦੇ ਪਹਿਲੇ ਹਫ਼ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਜੀ ਵੀ ਜਿਹੜਾ ਇਹ ਸ਼ਰਧਾਂਜਲੀ ਸਮਾਗਮ ਕੀਤਾ ਜਾਵੇ। ਅਤੇ ਇਸੇ ਸਿਲਸਿਲੇ ਦੇ ਵਿੱਚ ਜਿਹੜੀ ਫਿਰ ਇਹ ਲੜੀ ਸ਼ੁਰੂ ਕੀਤੀ ਗਈ ਹੈ, ਗੁਰਦੁਆਰਾ ਗੁਰੂ ਨਾਨਕ ਮਿਸ਼ਨ ਬ੍ਰੈਂਪਟਨ ਤੋਂ ਨਗਰ ਕੀਰਤਨ ਹੁੰਦਾ, ਉਹ ਵੀ ਇਸ ਸਾਕੇ ਦੇ ਸ਼ਹੀਦਾਂ ਨੂੰ ਸਮਰਪਿਤ ਹੁੰਦਾ ਜੀ, ਜਿਸ ਕਰਕੇ ਵੀ ਅਸੀਂ ਖੁਸ਼ ਪ੍ਰਾਪਤ ਕਰਦੇ ਹਾਂ ਉਸ ਨਗਰ ਕੀਰਤਨ ਦੇ ਪ੍ਰਬੰਧਕਾਂ ਨੂੰ ਵੀ ਇਸ ਮੌਕੇ 'ਤੇ ਅਸੀਂ ਪ੍ਰੋਗਰਾਮ ਦੇ ਵਿੱਚ ਲੈ ਲਈਏ ਤਾਂ ਕਿ ਵੀ ਉਸ ਨਗਰ ਕੀਰਤਨ ਦੇ ਪ੍ਰਬੰਧਾਂ ਬਾਰੇ ਗੱਲ ਹੋ ਸਕੇ, ਸ਼ਹੀਦਾਂ ਬਾਰੇ ਹੋਰ ਵੀ ਅਸੀਂ ਜ਼ਿਆਦਾ ਰੈਫਰੈਂਸ ਦੇ ਨਾਲ ਗੱਲ ਕਰ ਸਕੀਏ। ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਅਤੇ ਦਰਸ਼ਕਾਂ ਦਾ ਜੀ। ਔਰ ਆਪ ਜੀ ਨੂੰ ਯਾਦ ਹੋਏਗਾ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਜੂਨ ਮਹੀਨੇ ਵਿੱਚ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਸ਼ਹੀਦੀ ਸਮਾਗਮ ਮਨਾਏ ਜਾਂਦੇ ਹਨ ਅਤੇ ਉਹਨਾਂ ਦਿਨਾਂ ਦੇ ਵਿੱਚ ਛਬੀਲਾਂ ਵੀ ਲੱਗਦੀਆਂ ਹਨ ਕਿਉਂਕਿ ਗਰਮੀ ਬਹੁਤ ਹੁੰਦੀ ਹੈ ਅਤੇ ਰਾਹਗੀਰ ਜਿਹੜਾ ਵਾ ਉਹ ਠੰਡਾ ਪਾਣੀ ਪੀਂਦਾ ਹੈ ਅਤੇ ਨਾਲ ਮਿੱਠੇ ਦਾ ਵੀ ਪਾਣੀ ਹੁੰਦਾ ਹੈ, ਕਿਉਂਕਿ ਮੈਨੂੰ ਯਾਦ ਹੈ ਕਿ ਗੁੜ ਦਾ ਜਿਹੜਾ ਹੁੰਦਾ ਸੀਗਾ ਪਹਿਲਾਂ ਛਬੀਲ ਲੱਗਦੀ ਹੁੰਦੀ ਸੀ ਅਤੇ ਹੁਣ, ਹਾਂਜੀ ਹੁਣ ਤਬਦੀਲੀ ਹੋ ਗਈ ਹੈ। ਅਤੇ ਜਦੋਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਉਹ ਇਹਨਾਂ ਦਿਨਾਂ ਦੇ ਵਿੱਚ ਲਾਹੌਰ ਦੇ ਇਲਾਕੇ ਦੇ ਵਿੱਚ ਜੋ ਦਰਿਆ ਸੀਗਾ ਉਸ ਦੇ ਕੰਢੇ 'ਤੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਗਿਆ। ਔਰ ਇਸੇ ਪ੍ਰਕਾਰ ਜਿਹੜਾ ਜੂਨ ਦਾ ਮਹੀਨਾ 1984 'ਚ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਸੀਗਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ 'ਤੇ, ਉਸ ਟਾਈਮ 'ਤੇ ਭਾਰਤ ਦੀਆਂ ਫੌਜਾਂ ਨੇ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰਤਾ ਅਤੇ ਨਾਲ ਦੀ ਨਾਲ ਸ੍ਰੀ ਦਰਬਾਰ ਸਾਹਿਬ 'ਤੇ ਵੀ ਕਾਫੀ ਗੋਲੀਆਂ ਦੇ ਨਿਸ਼ਾਨੇ ਵੇਖੇ ਗਏ। ਇਸ ਤੋਂ ਇਲਾਵਾ ਬਹੁਤ ਸਾਰੇ ਲਾਗਲੇ ਇਲਾਕੇ ਦੇ ਵਿੱਚ ਜਿਹੜੀਆਂ ਬਿਲਡਿੰਗਾਂ ਸਨ ਉਹ ਢਹਿ ਢੇਰੀ ਕਰ ਦਿੱਤੀਆਂ ਗਈਆਂ ਅਤੇ 30 ਤੋਂ ਵੱਧ ਗੁਰਦੁਆਰਿਆਂ ਦੇ ਵਿੱਚ ਪੰਜਾਬੀਆਂ ਦੇ ਵਿੱਚ ਆਰਮੀ ਵੱਲੋਂ ਵੀ ਗੋਲਾਬਾਰੀ ਕੀਤੀ ਗਈ। ਸੋ ਜਿਸ ਦੇ ਵਿੱਚ ਹਜ਼ਾਰਾਂ ਅਤੇ ਦੀ ਗਿਣਤੀ ਵਿੱਚ ਨੌਜਵਾਨ ਬਜ਼ੁਰਗ ਬੱਚੇ ਜਿਹੜੇ ਸ਼ਹੀਦ ਹੋ ਗਏ। ਮੈਨੂੰ ਵੀ ਮੌਕਾ ਮਿਲਿਆ ਸੀਗਾ ਕਿ ਉਸ ਦਿਨ ਮੈਂ ਚੰਡੀਗੜ੍ਹ ਸੀਗਾ, ਲੇਕਿਨ ਜਿਉਂ ਹੀ ਟ੍ਰੈਫਿਕ ਰਿਲੀਜ਼ ਕੀਤੀ ਗਈ ਛੱਡਿਆ ਗਿਆ ਉਹ ਜਿਹੜਾ ਉੱਥੇ ਗਵਰਨਮੈਂਟ ਵੱਲੋਂ ਕਰਫਿਊ ਲਾਇਆ ਜਾਂਦਾ ਹੈ ਢਿੱਲ ਦਿੱਤੀ ਗਈ ਅਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾ ਕੇ ਮੌਕਾ
ਮਿਲਿਆ ਕਿ ਅਸੀਂ ਵੀ ਉਸ ਸਮੇਂ ਦੇ ਦੁਖਾਂਤ ਨੂੰ ਵੇਖ ਸਕੀਏ। ਬੜਾ ਦਿਲ ਲੂੰਦਣ ਵਾਲਾ ਸੀਗਾ ਅਤੇ ਬਿਲਡਿੰਗਾਂ ਦੇ ਵਿੱਚ ਜਿਹੜੇ ਗਾਰਡਰ ਸਨ ਜਾਂ ਫਿਰ ਜਿਹੜੇ ਪੱਖੇ ਸਨ ਉਹ ਇੰਨੀ ਗਰਮ ਬੰਬ ਗੋਲੇ ਜਿਹਦੇ ਵਿੱਚ ਸੁੱਟੇ ਗਏ ਉਹਨਾਂ ਦੇ ਨਾਲ ਉਹ ਟਲ ਗਏ ਸਨ। ਸੋ ਬੜਾ ਦੁਖਦਾਈ ਔਰ ਨਿੱਕੇ ਨਿੱਕੇ ਸ਼ੂ ਵੇਖੇ ਗਏ ਅਤੇ ਜਿਹੜਾ ਲੰਗਰ ਹਾਲ ਹੈ ਉਸ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਅਤੇ ਬਹੁਤ ਸਾਰੀ ਕਣਕ ਸਾੜ ਦਿੱਤੀ ਗਈ ਅਤੇ ਬਹੁਤ ਸਾਰੇ ਬੱਚਿਆਂ ਦੇ ਉੱਥੇ ਸ਼ੂ ਵੀ ਵੇਖਣ ਨੂੰ ਮਿਲ ਗਏ ਜਿਹੜੇ ਛੋਟੇ ਛੋਟੇ ਬੱਚੇ 6-6 ਮਹੀਨੇ ਤੱਕ ਦੇ ਸਨ। ਗਰਮੀ ਬਹੁਤ ਸੀਗੀ ਉਸ ਟਾਈਮ 'ਤੇ। ਸੋ ਉਸ ਸੰਦਰਭ ਦੇ ਵਿੱਚ ਇੱਥੇ ਵੀ ਸ਼ਹੀਦੀ ਪੁਰਬ ਮਨਾਇਆ ਜਾ ਰਿਹਾ ਹੈ ਜਿਹੜਾ ਕਿ ਗੁਰਦੁਆਰਾ ਸਾਹਿਬ ਨਗਰ ਕੀਰਤਨ ਦੀ ਰਵਾਨਗੀ ਗੁਰੂ ਨਾਨਕ ਮਿਸ਼ਨ ਸੈਂਟਰ ਬ੍ਰੈਂਪਟਨ ਤੋਂ ਹੁੰਦੀ ਹੈ ਜੋ ਪੀਟਰ ਰੋਬਰਟਸਨ ਅਤੇ ਡਿਕਸੀ ਦੀ ਕੋਰਨਰ 'ਤੇ ਹੈ ਅਤੇ ਇਸ ਦੀ ਸਮਾਪਤੀ ਜਿਹੜੀ ਆ ਜੋਤ ਪ੍ਰਕਾਸ਼ ਗੁਰਦੁਆਰਾ ਸਾਹਿਬ ਵਿਖੇ ਹੁੰਦੀ ਹੈ। ਸੋ ਉਸ ਸੰਦਰਭ ਦੇ ਵਿੱਚ ਸਾਡੇ ਕੋਲ ਦੋ ਗੈਸਟ ਹਨ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਜਾਏਗੀ ਅਤੇ ਨਾਲੇ ਅਸੀਂ ਬਾਕੀ ਗੁਰਦੁਆਰਾ ਸਾਹਿਬਾਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਜਿਹੜਾ ਸ਼ਹੀਦੀ ਸਮਾਗਮ ਹੈ ਉਸ ਦੇ ਵਿੱਚ ਜ਼ਰੂਰ ਭਾਗ ਲਿਆ ਕਰਨ ਤਾਂ ਕਿ ਇਹ ਕੌਮੀ ਦਿਹਾੜਾ ਜਿਹੜਾ ਵਾ ਬਾਕੀਆਂ ਕੌਮਾਂ ਨੂੰ ਦੱਸਿਆ ਜਾ ਸਕੇ ਕਿ ਕੀ ਜਾਇਜ਼ਤੀਆਂ ਭਾਰਤ ਸਰਕਾਰ ਵੱਲੋਂ ਕੀਤੀਆਂ ਗਈਆਂ ਸਨ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ। ਪ੍ਰਿਤਪਾਲ ਜੀ, ਤੁਸੀਂ ਪਹਿਲਾਂ ਕੀ ਕਹਿਣਾ ਚਾਹੋਗੇ ਜੂਨ ਮਹੀਨੇ ਦੇ ਬਾਰੇ? ਪਹਿਲਾਂ ਤਾਂ ਜੀ ਕੋਟਾਨ ਕੋਟ ਪ੍ਰਣਾਮ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਇੱਕ ਲਸਾਨੀ ਮਿਸਾਲ ਕਾਇਮ ਕੀਤੀ। ਜੂਨ ਦਾ ਮਹੀਨਾ ਜਦ ਵੀ ਚੜ੍ਹਦਾ ਹੈ ਤਾਂ ਸਿੱਖ ਕੌਮ ਦੇ ਹਿਰਦਿਆਂ ਦੇ ਵਿੱਚ ਉਹ ਘੱਲੂਘਾਰਾ 1984 ਦਾ ਨਹੀਂ ਭੁੱਲਦਾ। ਅਸੀਂ ਪਿਛਲੇ ਸਾਲਾਂ ਦੇ ਵਿੱਚ ਵੀ ਬੇਨਤੀਆਂ ਕੀਤੀਆਂ ਕਿ ਤਕਰੀਬਨ ਜਿੰਨੀ ਵੀ ਜੀ ਟੀ ਏ ਦੀ ਸੰਗਤ ਹੈ ਉਹ ਇਹਨਾਂ ਦਿਨਾਂ ਦੇ ਵਿੱਚ ਵੀ ਕੋਈ ਕਬੱਡੀ ਸਮਾਗਮ ਨਾ ਰੱਖਣ ਜਾਂ ਕੋਈ ਮੇਲੇ ਰੱਖ ਲੈਂਦੇ ਆਪਾਂ ਕਿਉਂਕਿ ਗਰਮੀਆਂ ਦੇ ਦਿਨ ਆ ਜਾਂਦੇ ਹਨ। ਪਰ ਸਾਰੀ ਹੀ ਇੱਥੇ ਕਮਿਊਨਿਟੀ ਨੂੰ ਬੇਨਤੀ ਕੀਤੀ ਗਈ ਸੀ ਵੀ ਪਹਿਲਾ ਹਫ਼ਤਾ ਜੋ ਜੂਨ ਦਾ ਹੈ ਉਸ 'ਤੇ ਇਹ ਜ਼ਰੂਰ ਵਿਚਾਰ ਕੀਤੀ ਜਾਵੇ ਕਿ ਇਹੋ ਜਿਹੇ ਪ੍ਰੋਗਰਾਮ ਨਾ ਰੱਖੇ ਜਾਣ ਕਿਉਂਕਿ ਸਿੱਖ ਕੌਮ ਲਈ ਬੜਾ ਹੀ ਸੋਗਮਈ ਜਿਹਾ ਹਫ਼ਤਾ ਹੁੰਦਾ ਹੈ ਕਿਉਂਕਿ ਗੱਲ ਇਸ ਇੰਨੀ ਇੰਪੋਰਟੈਂਟ ਇਸ ਕਰਕੇ ਬਣ ਜਾਂਦੀ ਹੈ ਕਿ ਇਹ ਗੱਲ ਸਿਰਫ ਬਾਬਾ ਜਰਨੈਲ ਸਿੰਘ ਪਿੰਡਰਾਂਵਾਲਿਆਂ ਨੂੰ ਫੰਡ ਦੀ ਨਹੀਂ ਸੀ ਇੱਕ ਸਰਕਾਰ ਵੱਲੋਂ। ਇਹ ਹੋਰ ਜਿਵੇਂ ਤੁਸੀਂ ਅੱਗੇ ਮੈਨਸ਼ਨ ਕੀਤਾ ਵੀ 38 ਗੁਰਦੁਆਰੇ ਹੋਰਾਂ ਦੇ ਵਿੱਚ ਵੀ ਬਾਬਾ ਜਰਨੈਲ ਸਿੰਘ ਨਹੀਂ ਸੀ ਬੈਠਾ। ਸੋ ਇਸ ਕਰਕੇ ਇਹ ਇੱਕ ਇਹੋ ਜਿਹੀ ਅਟੈਕ ਸੀ ਜਦ ਮੈਕਸੀਮਮ ਸੰਗਤ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਉੱਥੇ ਯਾਦ ਕਰਨ ਵਾਸਤੇ ਪਹੁੰਚਦੀ ਹੈ ਗੁਰਦੁਆਰਿਆਂ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਬਹੁਤ ਅਥਾਹ ਸੰਗਤ ਹੁੰਦੀ ਹੈ ਉਸ ਦਿਨ ਨੂੰ। ਭਾਰਤ ਸਰਕਾਰ ਦਾ ਇਹ ਦਿਨ ਚੁਣਨਾ ਅਟੈਕ ਵਾਸਤੇ ਇੱਕ ਬੜੀ ਹੀ ਮੇਰੇ ਪਾਸ ਕੁਛ ਡਾਕੂਮੈਂਟਸ ਹਨ ਇੱਥੇ ਲੈਫਟੀਨੈਂਟ ਕਰਨਲ ਜਨਰਲ ਸਿਨਹਾ ਨੇ ਇਹ ਲਿਖਿਆ ਸੀ ਵੀ ਇਹ 1984 ਨੂੰ ਐਵੇਂ ਸੁੱਤੇ ਸਿੱਧ ਇਹ ਅਟੈਕ ਨਹੀਂ ਸੀ ਕੀਤਾ ਗਿਆ। ਇਹ ਇੱਕ 2 ਸਾਲ ਪਹਿਲਾਂ 1982 ਦੇ ਵਿੱਚ ਦੇਹਰਾਦੂਨ ਦੇ ਵਿੱਚ ਉਹਦਾ ਬਕਾਇਦਾ ਇੱਕ ਮਾਡਲ ਬਣਾ ਕੇ ਦਰਬਾਰ ਸਾਹਿਬ ਦਾ ਉੱਥੇ ਇਹ ਆਰਮੀ ਨੇ ਪ੍ਰੈਕਟਿਸ ਕੀਤਾ। ਸੋ ਇੱਕ ਬੜੀ ਹੀ ਇਹ ਇੱਕ ਕਹਿ ਲਓ ਕਿ ਸਿੱਖਾਂ ਦੇ ਦਿਲਾਂ ਦੇ ਵਿੱਚ ਇਹ ਇੱਕ ਸੱਲ ਪਾਉਣ ਦੀ ਗੱਲ ਸੀ ਕਿ ਇੱਕ ਕੌਮ ਦੇ ਉਸ ਪਵਿੱਤਰ ਸਥਾਨ 'ਤੇ ਅਟੈਕ ਕੀਤਾ ਜਾਵੇ। ਸੰਤ ਜਰਨੈਲ ਸਿੰਘ ਤਾਂ ਮਹਾਰਾਸ਼ਟਰ ਤੱਕ ਐਲਾਨ ਕਰਕੇ ਜਾ ਆਉਂਦੇ ਸੀ ਜੇ ਫੜਨਾ ਹੀ ਹੁੰਦਾ ਤਾਂ ਕਿਸੇ ਟਾਈਮ ਵੀ ਉਹਨਾਂ ਨੂੰ ਸਰਕਾਰ ਫੜ ਸਕਦੀ ਸੀ। ਸੋ ਇਹ ਤਾਂ ਬੜੀ ਡੂੰਘੀ ਹੈ ਸੋ ਗੱਲ, ਪਰ ਇਸ ਘੱਲੂਘਾਰੇ ਨੂੰ ਯਾਦ ਕਰਨ ਲਈ ਅਸੀਂ ਕਹਿੰਦੇ ਹਾਂ ਵੀ ਅਸੀਂ ਨਹੀਂ ਕਹਿੰਦੇ ਵੀ ਕੋਈ ਵਾਇਲੈਂਸ ਹੋਵੇ ਗਾਂਹ ਜਿੱਦਾਂ ਵੀ, ਬਟ ਘੱਟੋ ਘੱਟ ਅਸੀਂ ਆਪਦੀ ਆਉਣ ਵਾਲੀ ਪਨੀਰੀ ਨੂੰ ਇਹ ਦੱਸ ਸਕੀਏ ਕਿ ਸਾਡੇ ਨਾਲ ਕੀ ਵਾਪਰਿਆ, ਕਿਉਂਕਿ ਇਹੀ ਇੱਕ ਆਪਾਂ ਮੈਸੇਜ ਦੇਣਾ ਚਾਹੁੰਦੇ ਹਾਂ। ਨਗਰ ਕੀਰਤਨ ਕੱਢਣ ਦਾ ਮਕਸਦ ਇਹੀ ਹੁੰਦਾ ਕਿ ਆਪਾਂ ਅਵੇਅਰਨੈਸ ਲਿਆਈਏ। ਸੋ ਉੱਥੇ ਪਹਿਲਾਂ ਗੁਰੂ ਨਾਨਕ ਮਿਸ਼ਨ ਸਾਹਿਬ ਗੁਰਦੁਆਰਾ ਸਾਹਿਬ ਤੋਂ ਇਹ ਨਗਰ ਕੀਰਤਨ ਸ਼ੁਰੂ ਕੀਤਾ ਗਿਆ ਸੀ ਕੋਈ 5 ਸਾਲ ਪਹਿਲਾਂ, ਅਤੇ ਉਹ ਤਕਰੀਬਨ ਲੋਕਲ ਨਗਰ ਕੀਰਤਨ ਸੀ ਉਸ ਏਰੀਏ ਦੇ ਵਿੱਚ, ਸਪ੍ਰਿੰਗਡੇਲ ਏਰੀਏ ਦੇ ਵਿੱਚ। ਪਰ ਫਿਰ ਹੁਣ ਉਹਦੇ 'ਚ ਫਿਰ ਪਿਛਲੇ 2 ਸਾਲ ਪਹਿਲਾਂ 3 ਸਾਲ ਪਹਿਲਾਂ ਐਕਚੁਲੀ ਗੁਰਦੁਆਰਾ ਜੋਤ ਪ੍ਰਕਾਸ਼ ਵਾਲੇ ਦੀ ਕਮੇਟੀ ਵੀ ਸਾਡੇ ਨਾਲ ਸ਼ਾਮਿਲ ਹੋਈ ਅਤੇ ਫਿਰ ਉਹਨਾਂ ਨੇ ਪਹਿਲੇ ਸਾਲ ਸਪ੍ਰਿੰਗਡੇਲ ਦੇ ਵਿੱਚ ਹੀ ਇਹ ਨਾਲ ਰਲ ਕੇ ਕੱਢਿਆ ਗਿਆ। ਹੁਣ ਇਹ ਪਿਛਲੇ 2 ਸਾਲਾਂ ਤੋਂ ਗੁਰੂ ਨਾਨਕ ਮਿਸ਼ਨ ਸੈਂਟਰ ਬ੍ਰੈਂਪਟਨ ਵਿਖੇ ਇਹ ਸ਼ੁਰੂ ਹੁੰਦਾ ਆਪਣਾ ਨਗਰ ਕੀਰਤਨ ਅਤੇ ਫਿਰ ਇਹਦੀ ਸਮਾਪਤੀ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਤੱਕ ਹੁੰਦੀ ਹੈ। ਪ੍ਰਿਤਪਾਲ ਜੀ, ਇਹ ਦੱਸੋਗੇ ਕਿ ਬਾਕੀ ਗੁਰਦੁਆਰਾ ਸਾਹਿਬਾਨਾਂ ਦੀਆਂ ਜਿਹੜੀਆਂ ਕਮੇਟੀਆਂ ਹਨ ਉਹ ਆਉਂਦੀਆਂ ਹਨ? ਕਿਉਂਕਿ ਇਹ ਦਿਹਾੜਾ ਜਿਹੜਾ ਵਾ ਇਹ 1984 ਦੇ ਸੰਦਰਭ ਦੇ ਵਿੱਚ ਹੁੰਦਾ ਹੈ,
ਅਤੇ ਨਾਲ ਗੁਰੂ ਅਰਜਨ ਦੇਵ ਜੀ ਨੂੰ ਯਾਦ ਕੀਤਾ ਜਾਂਦਾ ਹੈ ਉਹਨਾਂ ਦੀ ਸ਼ਹੀਦੀ ਨੂੰ। ਕੀ ਇਹ ਬਾਕੀ ਕਮੇਟੀਆਂ ਜਿਹੜੀਆਂ ਹਨ ਗੁਰਦੁਆਰਾ ਸਾਹਿਬਾਨਾਂ ਦੀਆਂ, ਆਮ ਲੋਕ ਜਿਹੜੇ ਕਿ ਖਾਲਿਸਤਾਨ ਪੱਖੀ ਨਹੀਂ ਹਨ ਉਹ ਭਾਗ ਲੈਂਦੇ ਹਨ? ਹਾਂਜੀ, ਦਾਸ ਜਿੰਨਾ ਚਿਰ 3 ਸਾਲ ਸੇਵਾ ਕੀਤੀ ਉੱਥੇ ਗੁਰਦੁਆਰਾ ਸਾਹਿਬ, ਤਾਂ ਬਕਾਇਦਾ ਦੇਖਣ ਵਿੱਚ ਆਇਆ, ਕਿਉਂਕਿ ਪੈਂਡਾ ਲੰਬਾ ਹੋ ਜਾਂਦਾ ਹੈ ਸਾਰੇ ਗੁਰਦੁਆਰਿਆਂ 'ਚ, ਇਹ ਨਗਰ ਕੀਰਤਨ ਲੈ ਕੇ ਜਾਣਾ ਸੰਭਵ ਨਹੀਂ, ਪਰ ਕਹਿੰਦਾ ਭਾਵ ਪਰ ਆਉਂਦੇ ਹਨ। ਹਾਂਜੀ, ਮੈਂ ਸਪੈਸੀਫਿਕਲੀ ਕਹਿਣ ਲੱਗਾ ਸੀ ਵੀ ਜਿੱਦਾਂ ਮਾਲਟਨ ਗੁਰਦੁਆਰਾ ਸਾਹਿਬ ਦੇ ਉੱਥੇ ਦੇ ਪ੍ਰਧਾਨ, ਅਤੇ ਉਹ ਸਾਰੇ ਬਕਾਇਦਾ ਉੱਥੇ ਸੰਗਤ ਦੇ ਵਿੱਚ ਖੜ੍ਹ ਕੇ ਦਰਸ਼ਨ ਕਰਦੇ ਵੇਖੇ ਜਦੋਂ ਗੁਰੂ ਮਹਾਰਾਜ ਦੀ ਪਾਲਕੀ ਉੱਥੋਂ ਦੀ ਲੰਘਦੀ ਹੈ। ਸੋ ਲੋਕਲ ਜਿੰਨੇ ਵੀ ਗੁਰਦੁਆਰੇ ਹਨ, ਤਕਰੀਬਨ ਕਮੇਟੀਆਂ ਉੱਥੇ ਸ਼ਾਮਿਲ ਜ਼ਰੂਰ ਹੁੰਦੀਆਂ। ਪਹਿਲੇ 2 ਸਾਲ ਜਦੋਂ ਅਸੀਂ ਕੱਢਿਆ ਤਾਂ ਓਨਟੇਰੀਓ ਸੈਕਸ਼ਨ ਗੁਰਦੁਆਰਾ ਕੌਂਸਲ ਦੇ ਨੁਮਾਇੰਦੇ ਬਕਾਇਦਾ ਆ ਕੇ ਉੱਥੋਂ ਸਟੇਜ ਤੋਂ ਸੰਬੋਧਨ ਹੋ ਕੇ ਗਏ ਸੰਗਤਾਂ ਨੂੰ। ਸੋ ਹੈ ਬਿਲਕੁਲ, ਮੈਂ ਤਾਂ ਕਹਾਂਗਾ ਵੀ ਸਾਡੀ ਨੋਟਿਸ 'ਚ ਇਹੋ ਜਿਹੀ ਕੋਈ ਕਮੇਟੀ ਨਹੀਂ ਜਿਹੜੀ ਵੀ ਇਸ ਨਗਰ ਕੀਰਤਨ ਦਾ ਸਮਰਥਨ ਨਾ ਕਰਦੀ ਹੋਵੇ। ਸੁਦਾਗਰ ਸਿੰਘ ਜੀ, ਕਦੀ ਤੁਹਾਨੂੰ ਇਹ ਸੁਣਨ ਦੇ ਵਿੱਚ ਆਇਆ ਕਿ ਜਿਹੜੇ ਇਸ ਨਗਰ ਕੀਰਤਨ ਦੇ ਵਿੱਚ ਭਾਗ ਲੈਂਦੇ ਹਨ ਉਹਨਾਂ ਨੂੰ ਕੋਈ ਡਰ ਡੁੱਕਰ ਹੁੰਦਾ ਹੈ ਜਦੋਂ ਭਾਰਤ ਜਾਂਦੇ ਹਨ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਪੰਨੂ ਸਾਹਿਬ ਅਤੇ ਜੋਲ ਸਾਹਿਬ, ਤੁਹਾਨੂੰ ਬਹੁਤ ਬਹੁਤ ਤੁਹਾਡਾ ਇਹ ਧੰਨਵਾਦ ਕਿ ਤੁਸੀਂ ਸਾਨੂੰ ਇੱਥੇ ਇਨਵਾਈਟ ਆਪਣੇ ਕਰਨ ਲਈ। ਜਿਵੇਂ ਆਪਣੇ ਇਹ ਪ੍ਰਧਾਨ ਸਾਹਿਬ ਨੇ ਤੁਹਾਨੂੰ ਨਗਰ ਕੀਰਤਨ ਬਾਰੇ ਕਾਫੀ ਜਾਣਕਾਰੀ ਡਿਟੇਲ ਦੇ ਵਿੱਚ ਸਮਝਾਤੀ ਹੈ ਜੀ, ਅਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਹੋ ਜਿਹਾ ਡਰ ਸੰਗਤ ਵਿੱਚ ਹੋਣਾ ਚਾਹੀਦਾ ਵੀ ਸਾਨੂੰ ਕੋਈ ਭਾਰਤ ਜਾਣ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ। ਕਿਉਂਕਿ ਜੇ ਮੈਂ ਸਮਝਦਾ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਹੀ ਯਾਦ ਕਰ ਸਕਦੇ ਜਾਂ ਜੋ ਸਾਡੇ ਨਾਲ ਧੱਕਾ ਹੋਇਆ, ਅਸੀਂ ਤਾਂ ਸਿਰਫ ਇੱਕ ਦੱਸ ਰਹੇ ਹਾਂ ਕਿ ਸਾਡੇ ਨਾਲ 1984 ਦੇ ਵਿੱਚ ਜੋ ਹੋਇਆ, ਉਹ ਜਿਹੜੀਆਂ ਸੰਗਤਾਂ ਅੰਦਰ ਦਰਬਾਰ ਸਾਹਿਬ ਦੇ ਵਿੱਚ ਗਈਆਂ ਸਨ ਆਪਣਾ ਗੁਰੂ ਅਰਜਨ ਦੇਵ ਜੀ ਦਾ ਆਪਣੇ ਇਹ ਗੁਰਪੁਰਬ ਮਨਾਉਣ ਦੇ ਲਈ, ਅਤੇ ਉਹਨਾਂ ਨੂੰ, ਕਿਉਂਕਿ ਜੇ ਉਹਨਾਂ ਨੇ ਜਿਵੇਂ ਪ੍ਰਧਾਨ ਸਾਹਿਬ ਨੇ ਕਿਹਾ ਕਿ ਜੇ ਆਪਣੇ ਜਿਹੜੀ ਆਪਣੇ ਇਹ 20ਵੀਂ ਸਦੀ ਦੇ ਮਹਾਨ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜੇ ਉਹਨਾਂ ਨੂੰ ਜਾਂ ਕੁਝ ਕੁ ਵਿਅਕਤੀਆਂ ਨੂੰ ਫੜਨਾ ਹੁੰਦਾ ਤਾਂ ਹੋਰ ਬਹੁਤ ਢੰਗ ਹੋ ਸਕਦੇ ਸੀ, ਪਰ ਇਹ ਇੱਕ ਮੈਂ ਸਮਝਦਾ ਕਿ ਇਹ ਬਹੁਤ ਸਾਡੀ ਸਿੱਖ ਕੌਮ ਨਾਲ ਧੱਕਾ ਹੋਇਆ ਜੀ। ਅਤੇ ਮੇਰਾ ਨਹੀਂ ਖਿਆਲ ਕੋਈ ਜਿਹੜੇ ਸੰਗਤਾਂ, ਕਿਉਂਕਿ ਪਹਿਲੇ ਜਿਵੇਂ ਪ੍ਰਧਾਨ ਸਾਹਿਬ ਨੇ ਕਿਹਾ ਕਿ 4-5 ਸਾਲ ਪਹਿਲਾਂ ਥੋੜ੍ਹੀ ਸੰਗਤ ਸੀ, ਫਿਰ ਵੱਧਦੀ ਫਿਰ ਵੱਧ ਗਈ, ਅਤੇ ਹੁਣ ਸਾਨੂੰ ਆਸ ਹੈ ਕਿ ਇਹ ਸੰਗਤ ਜਿਹੜਾ ਇਹ ਮਲ ਇਕੱਠ ਹੈ ਬਹੁਤ ਜ਼ਿਆਦਾ ਹੋ ਜਾਵੇਗਾ। ਕਿਉਂਕਿ ਮੇਰਾ ਪੁੱਛਣ ਦਾ ਇਹੋ ਹੀ ਮਕਸਦ ਸੀ, ਕਿਉਂਕਿ ਮੈਂ ਜਦੋਂ 1-2 ਵਾਰੀ ਨਗਰ ਕੀਰਤਨ ਦੇ ਵਿੱਚ ਭਾਗ ਲਿਆ ਅਤੇ ਬਹੁਤ ਘੱਟ ਸੰਗਤ ਵੇਖਣ ਨੂੰ ਮਿਲੀ। ਅਤੇ ਇੱਕ ਠੀਕ ਹੈ ਕਿ ਗਰਮੀ ਹੁੰਦੀ ਹੈ, ਪਰ ਜੇਕਰ ਆਪਾਂ ਭਾਰਤ ਨਾਲ ਕੰਪੈਰੀਜ਼ਨ ਕਰੀਏ ਉੱਥੇ ਤਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ, ਅਤੇ ਇੱਥੇ ਤਾਂ ਇੰਨੀ ਜ਼ਿਆਦਾ ਗਰਮੀ ਨਹੀਂ ਹੁੰਦੀ। ਕੀ ਕਾਰਨ ਹੈ ਕਿ ਸੰਗਤ ਜਿਹੜੀ ਆ ਇੰਨੀ ਜ਼ਿਆਦਾ ਸ਼ਮੂਲੀਅਤ ਨਹੀਂ ਕਰਦੀ? ਸੋ ਮੇਰੇ ਮੈਂ ਪੁੱਛਣ ਦਾ ਸਵਾਲ ਇਹੋ ਹੀ ਮਕਸਦ ਸੀ ਕਿ ਡਰ ਡੁੱਕਰ ਤਾਂ ਨਹੀਂ ਗਾ ਇਸ ਕਰਕੇ ਸੰਗਤ ਜ਼ਿਆਦਾ ਨਾ ਆਉਂਦੀ ਹੋਵੇ? ਜੋ ਸਾਹਿਬ, ਤੁਹਾਡਾ ਕੀ ਅੰਦਾਜ਼ਾ? ਦੇਖੋ ਵੀ ਜਦੋਂ ਡਾਊਨਟਾਊਨ ਦੇ ਵਿੱਚ ਸ਼ੁਰੂ ਦੇ ਵਿੱਚ ਨਗਰ ਕੀਰਤਨ ਕੱਢੇ ਗਏ ਸਨ, ਅਤੇ ਜਿਹਨਾਂ ਸਿੱਖਾਂ ਨੇ ਉਹ ਸ਼ੁਰੂ ਕੀਤਾ ਸੀ ਉਸ ਵੇਲੇ ਸਰਦਾਰ ਅਮਰਿੰਦਰ ਸਿੰਘ ਜੀ, ਪੰਨੂ ਪੰਨੂ ਯਾਦ ਹੋਏਗਾ, ਇੱਥੇ ਆ ਕੇ ਦੱਸ ਕੇ ਜਾਂਦੇ ਰਹੇ, ਅਤੇ ਬਹੁਤ ਕੁਝ ਗਿਣਤੀ ਦੇ ਉਸ ਵੇਲੇ ਹੋਇਆ ਕਰਦੇ ਸਨ, ਕਿਉਂਕਿ ਵੀ ਆਬਾਦੀ ਇੱਕ ਤਾਂ ਆਪਣੀ ਉਸ ਵੇਲੇ ਇੰਨੀ ਜ਼ਿਆਦਾ ਸੀਗੀ ਨਹੀਂ, ਹੌਲੀ ਹੌਲੀ ਜਿਉਂ ਜਿਉਂ ਜਿਹੜੀ ਉਹ ਪਾਪੂਲੇਸ਼ਨ ਗਰੋ ਹੋਈ ਆ ਅਤੇ ਨਗਰ ਕੀਰਤਨਾਂ ਦੇ ਵਿੱਚ ਰੌਣਕ ਹੈ ਜਿਹੜੀ ਇਹ ਬੇਮਿਸਾਲ ਹੋਣੀ ਸ਼ੁਰੂ ਹੋਈ ਹੈ। ਸੋ ਇਵੇਂ ਹੀ ਹੈ ਜੀ, ਵੀ ਕੋਈ ਜਿਹੜਾ ਇੱਕ ਤਰੀਕੇ ਦੇ ਨਾਲ ਸਮਾਗਮ ਹੈ ਉਹ ਪ੍ਰਬੰਧਕਾਂ ਦੇ ਵੱਲੋਂ ਸ਼ੁਰੂ ਕੀਤਾ ਜਾਂਦਾ, ਸੰਗਤ ਫਿਰ ਆਪ ਮੁਹਾਰੇ ਉਸ ਦੇ ਵਿੱਚ ਜੁਟਣੀ ਸ਼ੁਰੂ ਹੋ ਜਾਂਦੀ ਆ। ਸੋ ਲੱਗ ਰਿਹਾ ਜੀ ਵੀ ਜਿਉਂ ਜਿਉਂ ਹੁਣ ਆਪਣੇ ਇਹ ਜਿਹੜਾ ਰੂਟ ਹੈ ਬੜਾ ਵੈਸੇ ਆਮ ਰੂਟ ਹੈ ਜਿੱਥੇ ਕਿ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੀ ਆਵਾਜਾਈ ਆਮ ਰਹਿੰਦੀ ਹੈ। ਸੋ ਰੂਟ ਇਹ ਹੈ ਜੀ ਵੀ ਇਸ ਤਰੀਕੇ ਦੇ ਨਾਲ ਉਲਿਕਿਆ ਗਿਆ ਹੁਣ ਕਰਕੇ ਲੱਗਦਾ ਵੀ ਇਸ ਵਾਰ ਜਿਹੜੀ ਆ ਸੰਗਤ ਦਾ ਜਿਹੜਾ ਰੁਝਾਨ ਆ ਇਸ ਵਾਲੇ ਪਾਸੇ ਨੂੰ ਜ਼ਿਆਦਾ ਹੋਵੇਗਾ। ਪਰ ਇਹ ਆਪਾਂ ਜ਼ਰੂਰ ਪਿਛਲੀ ਵਾਰੀ 'ਚ ਸੁਣਿਆ ਸੀ ਜਦੋਂ ਗੋਰ ਮੀਡੋ ਕਮਿਊਨਿਟੀ ਸੈਂਟਰ ਤੋਂ ਸ਼ੁਰੂ ਹੋਇਆ ਸੀ ਨਗਰ ਕੀਰਤਨ, ਕਿ ਜੀ ਵੀ ਇਹ ਨਗਰ ਕੀਰਤਨ ਜਿਹੜੇ ਵੀ ਬਹੁਤ ਜ਼ਿਆਦਾ ਹੋ ਜਾਂਦੇ ਨੇ ਜਾਂ ਟ੍ਰੈਫਿਕ ਦੇ ਵਿੱਚ ਰੁਕਾਵਟ ਜਾਂ ਵੀ ਗਰਮੀ ਉਦੋਂ ਵਾਕਿਆ ਸੀਗੀ ਵੀ, ਪਰ ਇਸ ਵਾਰ ਜਿਹੜਾ ਇਹ ਵੈਦਰ ਇੱਕ ਤਰੀਕੇ ਦੇ ਨਾਲ ਫੋਰਕਾਸਟ ਹੈ ਨਾ ਜੀ ਵੀ ਇਹ ਖਾਸ ਤੌਰ 'ਤੇ ਸਾਊਦਰਨ ਓਨਟਾਰੀਓ ਦੇ ਵਾਸਤੇ ਅਜੇ ਉੱਨੀ ਗਰਮੀ ਵਾਲੇ ਦਿਹਾੜੇ ਜਿਹੜੇ ਆਏ ਨਹੀਂ, ਅਤੇ ਨਾ ਇਹ ਹਾਲ ਦੀ ਘੜੀ ਏਡੀ ਜਲਦੀ ਆਉਂਦੇ ਲੱਗਦੇ ਆ, ਕਿਉਂਕਿ ਪੇ ਸਾਊਦਰਨ ਓਨਟਾਰੀਓ ਦੇ ਵਿੱਚ ਅਤੇ ਨੌਰਥ ਓਨਟਾਰੀਓ ਦੇ ਵਿੱਚ ਇਹ ਕਿਹਾ ਜਾ ਰਿਹਾ ਵੀ ਥੋੜ੍ਹਾ ਜਿਹਾ ਟੈਂਪਰੇਚਰ ਇਸ ਤਰੀਕੇ ਦੇ ਨਾਲ ਰਹਿਣਾ ਅਤੇ ਜ਼ਿਆਦਾ ਮੌਸਮ ਕੜਕਵੀਂ ਧੁੱਪ ਦੀ ਬਜਾਏ ਬੱਦਲਵਾਈ ਅਤੇ ਮੀਂਹ ਕਣੀ ਵਾਲਾ ਇਸ ਗਰਮੀਆਂ ਦੇ ਮੌਸਮ ਦੇ ਵਿੱਚ ਰਹਿਣ ਦੀ ਸੰਭਾਵਨਾ ਹੈ। ਪਰ ਵੀ 9 ਮਈ ਤੱਕ ਕੋਈ ਬਹੁਤ ਵੱਡੀ ਚੇਂਜ ਆ ਗਈ ਅਤੇ ਵੀ ਇੰਨੀ ਜ਼ਿਆਦਾ ਤਪਸ਼ ਪੈਣੀ ਸ਼ੁਰੂ ਹੋ ਜਾਵੇ ਅਜੇ ਅੱਜ 9 ਜੂਨ ਤੱਕ। ਹਾਂਜੀ ਜੋਤ ਸਾਹਿਬ, ਕੀ ਤੁਸੀਂ ਸਮਝਦੇ ਹੋ ਕਿ ਇਸ ਵੇਲੇ ਇਹ ਜਿਹੜੇ ਆ ਸੰਗਤ ਕਾਫੀ
ਵੱਡੀ ਗਿਣਤੀ 'ਚ ਹੋ ਚੁੱਕੀ ਹੈ, ਲੇਕਿਨ ਜਿਹੜੇ ਬਿਰਤ ਲੋਕ ਹਨ ਉਹ ਵੀ ਕਾਫੀ ਵੱਡੀ ਗਿਣਤੀ 'ਚ ਅਤੇ ਐਡੇ ਲੰਮੇ ਨਗਰ ਕੀਰਤਨ ਦੇ ਵਿੱਚ, ਪਿਛਲੇ ਸਾਲ ਵੀ ਆਪਾਂ ਆਈ ਥਿੰਕ ਇਹਨਾਂ ਦਿਨਾਂ ਦੇ ਵਿੱਚ ਇਹ ਗੱਲ ਕੀਤੀ ਸੀ ਕਿ ਨਗਰ ਕੀਰਤਨਾਂ ਦਾ ਹੁਣ ਰੂਪ ਬਦਲ ਨਹੀਂ ਜਾਣਾ ਚਾਹੀਦਾ, ਇਹ ਕਿਤੇ ਇੱਕ ਜਗ੍ਹਾ 'ਤੇ ਹੋਣੇ ਚਾਹੀਦੇ ਹਨ ਜਿੱਥੇ ਕਿ ਸਾਰੀ ਸੰਗਤ ਜਾ ਸਕੇ, ਇੰਸਟੈਡ ਆਫ ਕਿ ਇੱਕ ਥਾਂ ਤੋਂ ਦੂਜੀ ਥਾਂ 'ਤੇ ਚੱਲ ਕੇ ਜਾਣਾ ਜਿਹੜਾ ਵਾ ਉਹ ਕਾਫੀ ਲੰਮਾ ਫਾਸਲਾ ਹੋ ਜਾਂਦਾ ਹੈ। ਕਿਉਂਕਿ ਜੇਕਰ ਆਪਾਂ ਭਾਰਤ ਦੇ ਵਿੱਚ ਵੀ ਨਗਰ ਕੀਰਤਨਾਂ ਨੂੰ ਅੱਜ ਕੱਲ੍ਹ ਵੇਖੀਏ ਤਾਂ ਉੱਥੇ ਤੁਰਨ ਵਾਲੇ ਬਹੁਤ ਘੱਟ ਹੁੰਦੇ ਹਨ, ਉਹ ਟਰਾਲੀਆਂ ਦੇ ਵਿੱਚ ਹੁੰਦੇ ਹਨ, ਕਾਰਾਂ ਦੇ ਵਿੱਚ ਹੁੰਦੇ ਹਨ, ਮੋਟਰਸਾਈਕਲਾਂ 'ਤੇ ਹੁੰਦੇ ਹਨ, ਸਕੂਟਰਾਂ 'ਤੇ ਝੰਡੇ ਲਾਏ ਹੁੰਦੇ ਹਨ। ਸੋ ਉੱਥੇ ਵੀ ਜਿਹੜਾ ਨਗਰ ਕੀਰਤਨ ਦਾ ਜਿਹੜਾ ਵਾ ਇਸ ਵੇਲੇ ਰੁਝਾਨ ਜਿਹੜਾ ਬਦਲਦਾ ਜਾ ਰਿਹਾ। ਕੀ ਤੁਸੀਂ ਸਮਝਦੇ ਹੋ ਪ੍ਰਿਤਪਾਲ ਜੀ ਕਿ ਆਪਾਂ ਨੂੰ ਹੁਣ ਨਗਰ ਕੀਰਤਨ ਦਾ ਰੂਪ ਜਿਹੜਾ ਬਦਲ ਕੇ ਕਿਸੇ ਹੋਰ ਰੂਪ ਦੇ ਵਿੱਚ ਲਿਆਉਣਾ ਚਾਹੀਦਾ ਤਾਂ ਕਿ ਲੋਕ ਇੱਕ ਥਾਂ 'ਤੇ ਜਾ ਕੇ ਬੈਠ ਜਾਣ, ਉੱਥੇ ਨਗਰ ਕੀਰਤਨ ਉਸਨੂੰ ਆਪਾਂ ਹੋਰ ਨਾਂ ਦੇ ਸਕਦੇ ਹਾਂ ਅਤੇ ਉੱਥੇ ਢਾਡੀ ਪ੍ਰਸੰਗ ਆਉਣ, ਕਵੀਸ਼ਰੀ ਆਉਣ, ਸ਼ਬਦ ਕੀਰਤਨ ਚੱਲਦਾ ਹੋਵੇ, ਸਟੇਜਿਸ 'ਤੇ ਟਾਈਮ ਟੂ ਟਾਈਮ ਤਬਦੀਲੀ ਆਉਂਦੀ ਰਹੇ ਅਤੇ ਸੰਗਤ ਆਪਣੇ ਬੱਚਿਆਂ ਨੂੰ ਨਾਲ ਲਿਜਾ ਕੇ ਬੈਠ ਕੇ ਉਹ ਸਰਵਨ ਕਰ ਸਕੇ, ਇੰਸਟੈਡ ਆਫ ਕਿ ਆਪਾਂ ਸੜਕਾਂ ਦੇ ਉੱਤੇ ਤੁਰੇ ਫਿਰਦੇ ਹਾਂ ਅਤੇ ਉਹ ਸੜਕਾਂ 'ਤੇ ਬੰਦ ਕਰ ਦਿੱਤੀਆਂ ਜਾਂਦੀਆਂ ਹਨ, ਵੇਖਣ ਵਾਲੇ ਤਾਂ ਬਹੁਤ ਘੱਟ ਹੁੰਦੇ ਹਨ। ਉਹ ਜਦੋਂ ਲਿਖਿਆ ਹੁੰਦਾ ਕਿ ਇੰਨੀ ਤਰੀਕ ਤੋਂ ਇੰਨੇ ਵਜੇ ਤੱਕ ਇਹ ਬੰਦ ਰਹਿਣਾ ਰੂਟ, ਸੋ ਉਸ ਟਾਈਮ 'ਤੇ ਆਪਾਂ ਨੂੰ ਇਹ ਦਿੱਕਤ ਜਿਹੜੀ ਆਪਾਂ ਹੋਰਨਾਂ ਨੂੰ ਦਿੰਦੇ ਅਤੇ ਖੁਦ ਵੀ ਲੈਂਦੇ, ਤੁਹਾਡਾ ਕੀ ਮੰਨਣਾ ਇਸ ਪ੍ਰਤੀ? ਬਹੁਤ ਵਧੀਆ ਕੁਐਸਚਨ ਹੈ ਤੁਹਾਡਾ ਪੰਨੂ ਸਾਹਿਬ। ਮੈਂ ਥੋੜ੍ਹਾ ਜਿਹਾ ਦੋ ਗੱਲਾਂ ਵਿੱਚ ਐਡ ਕਰਨੀਆਂ ਚਾਹੁੰਦਾ ਜੀ। ਪਹਿਲਾਂ ਤੁਸੀਂ ਕਿਹਾ ਸੀ ਵੀ ਸ਼ਾਇਦ ਵੀ ਸੰਗਤ ਘੱਟ ਹੁੰਦੀ ਸੀਗੀ ਜੋ ਪਹਿਲਾਂ ਆਪਾਂ ਸ਼ੁਰੂ ਕੀਤਾ ਨਗਰ ਕੀਰਤਨ, ਉਹਦੇ 'ਚ ਇਹ ਸੀ, ਤੁਸੀਂ ਇਹ ਗੱਲ ਨੋਟਿਸ ਕਰਨੀ ਚਾਹੀਦੀ ਆਪਾਂ ਨੂੰ ਕਿ ਜੇ ਡਾਊਨ ਟਾਊਨ ਦਾ ਨਗਰ ਕੀਰਤਨ ਨਿਕਲਦਾ ਜੀ, ਉਹਦੇ 'ਚ ਅੰਟੈਰੀਓ ਸਿੱਖ ਸੰਗਤ ਗੁਰਦੁਆਰਾ ਕੌਂਸਲ, ਇੱਕ ਪੂਰੀ ਕੌਂਸਲ ਹੈ ਜਿਹਦੇ ਵਿੱਚ ਘੱਟੋ ਘੱਟ 20-25 ਗੁਰਦੁਆਰੇ ਆ, ਉਹ ਸਾਰੇ ਫਿਰ ਬੱਸਾਂ ਦਾ ਅਰੇਂਜਮੈਂਟ ਕਰਦੇ ਆ, ਫਿਰ ਬਾਹਰੋਂ ਕੋਈ ਹੈਮਿਲਟਨ ਤੋਂ ਕੋਈ ਗੋਲਫ ਤੋਂ ਉੱਥੇ ਸੰਗਤ ਲਿਆਈ ਜਾਂਦੀ ਆ। ਹਾਂਜੀ, ਇਹ ਇੱਕ ਗੁਰਦੁਆਰੇ ਦਾ ਇਹ ਸੰਕਲਪ ਸੀ ਵੀ ਆਪਾਂ 84 ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾਵੇ ਤਾਂ ਆਪਾਂ ਉਹ ਸ਼ੁਰੂ ਇੱਕ ਗੁਰਦੁਆਰੇ ਵਰਸਿਸ ਵੀ ਜਿੱਥੇ 20-25 ਗੁਰਦੁਆਰੇ ਹੋਣ, ਸੰਗਤ ਦਾ ਡੈਫੀਨੇਟਲੀ ਫਰਕ ਸੀ। ਇਹ ਪਰ ਫਿਰ ਜਿਵੇਂ ਜੋਲ ਸਾਹਿਬ ਨੇ ਵੀ ਕਿਹਾ ਵੀ ਗੋਰ ਮੈਡੋ ਤੋਂ ਵੀ ਸ਼ੁਰੂ ਕੀਤਾ ਗਿਆ ਸੀ ਵੀ ਨਗਰ ਕੀਰਤਨ ਜ਼ਿਆਦਾ ਹੋ ਜਾਂਦੇ ਆ, ਬਿਲਕੁਲ ਸਹੀ ਗੱਲ ਹੈ। ਇਸੇ ਕਰਕੇ ਇਹ GTA ਆਪਣਾ ਜਿਹੜਾ ਏਰੀਆ ਇੱਕ ਮਿਸਾਲ ਬਣਦਾ ਹੈ ਵੀ ਪਹਿਲਾਂ ਗੁਰੂ ਨਾਨਕ ਮਿਸ਼ਨ ਅਤੇ ਜੋਤ ਪ੍ਰਕਾਸ਼ ਪਹਿਲਾਂ ਦੋ ਗੁਰਦੁਆਰੇ ਇਕੱਠੇ ਹੋਏ, ਉੱਥੇ ਹੋਰ ਕਮੇਟੀਆਂ ਆਉਂਦੀਆਂ, ਸੋ ਉਹਦੇ ਨਾਲ ਇਹ ਆ ਵੀ ਦੋਵਾਂ ਦਾ ਇੱਕ ਕੀਤਾ, ਇੱਕ ਦਾ ਦੋ ਜਾਂ ਤਿੰਨ ਹੋ ਜਾਣੇ ਮਾੜੀ ਗੱਲ ਹੈ, ਪਰ ਜੇ ਦੋਵਾਂ ਦਾ ਇੱਕ ਹੁੰਦਾ ਹੈ ਤਾਂ ਆਈ ਥਿੰਕ ਇਟਸ ਅ ਪੋਜ਼ਿਟਿਵ ਥਿੰਗ। ਅਤੇ ਦੂਸਰੀ ਗੱਲ ਇਹ ਆ ਵੀ ਜੀ, ਇੱਕ ਨਾ ਜਿਹੜੇ ਨਗਰ ਕੀਰਤਨ ਕੱਢਣ ਦਾ ਮਕਸਦ ਕੀ ਹੁੰਦਾ ਬਿਹਾਇੰਡ, ਜੇ ਆਪਾਂ ਮਿਸਾਲ ਦੇ ਤੌਰ 'ਤੇ ਲੈ ਲਈਏ ਥੋੜ੍ਹਾ ਜਿਹਾ ਆਪਾਂ ਆਫ ਟਰੈਕ ਵੀ ਜਿਵੇਂ ਡਾਊਨ ਟਾਊਨ ਨਗਰ ਕੀਰਤਨ ਹੋ ਰਿਹਾ, ਉਹਦੇ 'ਚ ਆਪਾਂ ਇੱਕ ਆਪਾਂ ਆਪਦੀ ਕੌਮ ਦਾ ਇੱਕ ਪ੍ਰਦਰਸ਼ਨ ਕਰਦੇ ਹਾਂ। ਯੈਸ, ਹਰੇਕ ਕੋਈ ਚਰਚ ਹੋਵੇ, ਕੋਈ ਗੁਰਦੁਆਰਾ ਹੋਵੇ, ਕੋਈ ਮੰਦਰ ਹੋਵੇ, ਲਿਟਲ ਪੋਲੀਟਿਕਸ ਆਰ ਆਲਵੇਜ਼ ਦੇਅਰ, ਹੁੰਦੇ ਵੀ ਵਿੱਚ ਖਿੱਚੂ ਤੂ ਜੋ ਵੀ, ਬਟ ਔਨ ਦਾ ਪੋਜ਼ਿਟਿਵ ਸਾਈਡ ਇੱਕ ਟੂਰਿਸਟ ਡਾਊਨ ਟਾਊਨ ਨਗਰ ਕੀਰਤਨ ਜਦੋਂ ਦੇਖਦਾ ਜਾ ਰਿਹਾ ਅਤੇ ਉਹ ਬੈਲਕਨੀ ਜੋ ਆਪਦੇ ਦੇਖਦਾ ਹੋਟਲ ਦੀ ਤਾਂ ਵੀ ਉਹ ਸਿੱਖ ਪਰੇਡ ਜਾ ਰਹੀ ਆ ਅਤੇ ਇੱਕ ਰੰਗ ਦੇ ਵਿੱਚ ਰੰਗੇ ਹੋਏ ਸਾਰੇ, ਤਾਂ ਉਹ ਇੱਕ ਬਹੁਤ ਆਪਦੀ ਕੌਮ ਦੀ ਇੱਕ ਵਧੀਆ ਪ੍ਰਦਰਸ਼ਨੀ ਜਾਂਦੀ ਆ। ਮੇਰਾ ਖਿਆਲ ਉਹ ਕੈਰਾਬਾਨਾਂ ਤੋਂ ਬਾਅਦ ਬਿਗੈਸਟ ਗੈਦਰਿੰਗ ਹੁੰਦੀ ਆ। ਸੋ ਉਹਦੇ 'ਚ ਇੱਕ ਆਪਾਂ ਕੌਮ ਦੀ ਏਕਾ ਦਿਖਾਉਂਦੇ, ਇੱਕ ਆਪਾਂ ਮੈਸੇਜ ਸ਼ੋ ਕਰਦੇ ਹਾਂ, ਜੇ ਸੜਕ ਗੰਦੀ ਆ ਬਾਏ ਦਾ ਟਾਈਮ ਨਗਰ ਕੀਰਤਨ ਲੰਘ ਕੇ ਜਾਂਦਾ, ਉਹ ਪਹਿਲੇ ਨਾਲੋਂ ਸਾਫ਼ ਹੋਈ ਹੁੰਦੀ ਆ ਜੇ। ਸੋ ਸਾਰਾ ਪ੍ਰਬੰਧ ਵੋਲੰਟਰੀ ਕਰਦੇ ਹਾਂ। ਸੋ ਅੱਜ ਆਪਣਾ ਮਕਸਦ ਨਗਰ ਕੀਰਤਨ ਕੱਢਣ ਦਾ ਇਹੀ ਹੁੰਦਾ ਹੈ ਕਿ ਆਪਾਂ ਥੋੜ੍ਹਾ ਬਹੁਤਾ ਅਵੇਅਰਨੈਸ ਉਹ ਨੋਟਿਸ ਹੁੰਦਾ ਹੈ, ਜੇ ਆਪਾਂ ਆਪਦੇ ਗੁਰਦੁਆਰੇ ਦੇ ਵਿੱਚ ਬਹਿ ਕੇ ਕੋਈ ਫੰਕਸ਼ਨ ਕਰ ਲਓ, ਓਵਰਆਲ ਉਸ ਚੀਜ਼ ਦੀ ਉਹ ਇੱਕ ਬੰਦ ਕਮਰੇ ਨੂੰ ਆਪਾਂ ਕਰ ਲੈਂਦੇ ਵੱਖਰੀ ਗੱਲ ਹੈ, ਪਰ ਜਦੋਂ ਆਪਾਂ ਇੱਕ ਸੜਕ 'ਤੇ ਨਿਕਲ ਕੇ ਆਪਣੀ ਕੌਮ ਦੀ ਪ੍ਰਦਰਸ਼ਨੀ ਕਰਦੇ, ਸਾਡੇ ਕੋਈ ਫਲੋਟ ਹੁੰਦਾ ਹੈ ਜਿੱਥੇ ਦਰਸਾਉਂਦਾ ਵੀ ਸਾਡੇ ਨਾਲ ਕੀ ਵਾਪਰਿਆ, ਉਹ ਤਸਵੀਰਾਂ ਬੋਲਦੀਆਂ, ਲੋਕਾਂ ਨੂੰ ਪੜ੍ਹਨ ਦੀ ਲੋੜ ਵੀ ਨਹੀਂ, ਥੋੜ੍ਹਾ ਤੁਹਾਡਾ ਮੈਸੇਜ ਜਾਂਦਾ ਬਾਹਰ। ਅਤੇ ਤੁਸੀਂ ਬੜੀ ਵਧੀਆ ਗੱਲ ਕੀਤੀ ਪੰਨੂ ਸਾਹਿਬ ਵੀ ਪੈਂਡਾ ਲੰਮਾ, ਅਤੇ ਉਹਦੇ 'ਚ ਬਕਾਇਦਾ ਬੱਸਿਸ ਦਾ ਅਰੇਂਜਮੈਂਟ ਕੀਤਾ ਜਾਂਦਾ, ਕਈ ਬਜ਼ੁਰਗਾਂ ਦੇ ਵਿੱਚ ਜਜ਼ਬਾ ਹੁੰਦਾ ਵੀ ਗੁਰੂ ਸਾਹਿਬ ਨਗਰ ਕੀਰਤਨ ਦੀ ਅਗਵਾਈ ਕਰ ਰਹੇ, ਅਸੀਂ ਨਾਲ ਚੱਲੀਏ, ਦੋ ਪੈਂਡੇ ਚੱਲ ਕੇ ਚੱਲੀਏ। ਤੋ ਇਸ ਕਰਕੇ ਕਿ ਅਸੀਂ ਉਹ ਬਕਾਇਦਾ ਇਹ ਕੀਤਾ ਵੀ ਜਿੰਨਾ ਕੁ ਤੁਰਨਾ ਤੁਰੇ, ਉਦੋਂ ਬਾਅਦ ਬੱਸਾਂ ਦਾ ਇੰਤਜ਼ਾਮ ਹੈ ਅਗਲੇ ਡੈਸਟੀਨੇਸ਼ਨ 'ਤੇ ਜਿੱਥੇ ਸਮਾਪਤੀ ਹੋਣੀ, ਉੱਥੇ ਲਿਜਾਇਆ ਜਾ ਸਕੇ। ਪ੍ਰਿਤਪਾਲ ਜੀ, ਇਹ ਸਾਡਾ ਸਵਾਲ ਪੁੱਛਣ ਦਾ ਇਹ ਮਕਸਦ ਹੁੰਦਾ ਹੈ ਤਾਂ ਕਿ ਜਿਹੜੇ ਇਸ ਸਵਾਲ ਨੂੰ ਪੁੱਛਦੇ ਹਨ ਸਾਡੇ ਰਾਹੀਂ, ਕਹਿੰਦੇ ਹਨ ਕਿ ਅਜਿਹਾ ਨਾ ਹੋਵੇ, ਜੇਕਰ ਅਜਿਹਾ ਕਰ ਦਿੱਤਾ ਜਾਵੇ, ਉਹਨਾਂ ਦੇ ਲਈ ਇਹ ਸਵਾਲ
ਤੁਹਾਨੂੰ ਪੁੱਛਿਆ ਜਾਂਦਾ ਹੈ। ਇਹ ਸਾਡਾ ਆਪਣਾ ਪੁਆਇੰਟ ਆਫ ਵਿਊ ਨਹੀਂ ਹੁੰਦਾ। ਜੇਕਰ ਲਾਸਟ ਵੀਕ ਅਸੀਂ ਟਾਕ ਸ਼ੋਅ ਕਰ ਰਹੇ ਸੀ ਕਿ ਇਹ ਕਾਲਰ ਦੀ ਕੌਲ ਆਈ, ਉਹ ਸਾਨੂੰ ਸਮਝਦੇ ਹਨ ਕਿ ਸ਼ਾਇਦ ਅਸੀਂ ਇਸਦਾ ਵਿਰੋਧ ਕਰ ਰਹੇ ਹਾਂ। ਅਸੀਂ ਵਿਰੋਧ ਨਹੀਂ ਕਰ ਰਹੇ ਹੁੰਦੇ, ਅਸੀਂ ਤਾਂ ਇੱਕ ਸਵਾਲ ਤੁਹਾਡੇ ਕੋਲ ਪੁੱਛ ਰਹੇ ਹੁੰਦੇ ਹਾਂ, ਇਹ ਤੁਹਾਡੀ ਐਬਿਲਿਟੀ ਆ ਕਿ ਤੁਸੀਂ ਉਸਦਾ ਉੱਤਰ ਕਿੱਦਾਂ ਦਿੰਦੇ ਹੋ। ਜੇਕਰ ਤੁਸੀਂ ਕਨਵਿੰਸ ਕਰ ਜਾਂਦੇ ਹੋ ਕਿ ਇਹ ਤੁਹਾਡਾ ਵਾਲਾ ਤਰੀਕਾ ਠੀਕ ਹੈ, ਤੇ ਸਾਡੇ ਸਿਰ ਮੱਥੇ ਸਾਨੂੰ ਖੁਸ਼ੀ ਹੁੰਦੀ ਹੈ। ਸੋ ਇਹ ਸਮਝ ਲੈਣਾ ਕਿ ਸ਼ਾਇਦ ਅਸੀਂ ਇਸ ਦਾ ਵਿਰੋਧ ਕਰ ਰਹੇ ਹਾਂ, ਉਹ ਉਸ ਗੱਲ ਨੂੰ ਜ਼ਰੂਰ ਧਿਆਨ ਰੱਖਿਆ ਕਰੋ। ਸਾਡੇ ਦਰਸ਼ਕ ਵੀ, ਸਾਡੇ ਜਿਹੜੀਆਂ ਕਮੇਟੀਆਂ ਹਨ, ਪ੍ਰੋਬਲਮ ਸਾਨੂੰ ਜਿਹੜੇ ਆ ਰੇਡੀਓ ਜਾਂ ਟੀ ਵੀ ਦੇ ਹੋਸਟਾਂ ਨੂੰ ਇਹ ਆਉਂਦੀ ਹੈ ਕਿ ਜੇਕਰ ਇਹੋ ਜਿਹਾ ਸਵਾਲ ਕੀਤਾ ਜਾਂਦਾ ਤੇ ਉਹ ਇਹ ਸਮਝਣ ਲੱਗ ਪੈਂਦੇ ਕਿ ਸ਼ਾਇਦ ਅਸੀਂ ਵਿਰੋਧੀ। ਹਾਂਜੀ, ਮੈਂ ਬਿਲਕੁਲ ਇਸ ਤਰ੍ਹਾਂ ਨਹੀਂ ਲਿਆ, ਮੈਂ ਤਾਂ ਪੋਜ਼ਿਟਿਵ ਨਹੀਂ, ਆਪਾਂ ਸੰਗਤ ਤੋਂ ਹੀ ਮੈਸੇਜ ਇਹੀ ਪਹੁੰਚਾਉਣਾ ਚਾਹੁੰਦੇ ਆ ਵੀ ਆਪਣਾ ਨਗਰ ਕੀਰਤਨ ਕਰਨ ਦਾ ਮਕਸਦ ਕੀ ਹੈ। ਸੋ ਐਗਜੈਕਟਲੀ ਵੀ ਆਰ ਟਰਾਈਂਗ ਟੂ ਡੂ ਇਟ ਇਨ ਅ ਪੋਜ਼ਿਟਿਵ ਵੇ, ਵੀ ਆਪਾਂ ਸਾਰੇ ਸਿਰ ਜੋੜ ਕੇ ਐਗਜੈਕਟਲੀ। ਸੋ ਜਿਹੜੀ ਸਾਡੀ ਆਡੀਅੰਸ ਹੈ, ਜਿਹੜੇ ਸਾਡੇ ਵਿਊਰਸ਼ਿਪ ਹੈ ਜਾਂ ਦੂਜੇ ਹੋਰਨਾਂ ਰੇਡੀਓਆਂ ਦੀ, ਸਾਰਿਆਂ ਦੀ ਇਹ ਗੱਲ ਨੂੰ ਜ਼ਰੂਰ ਧਿਆਨ 'ਚ ਰੱਖ ਲਿਆ ਕਰੋ ਕਿ ਜਿਹੜਾ ਮੀਡੀਆ ਪਰਸਨ ਹੁੰਦਾ ਹੈ, ਜਿਹੜਾ ਮਿਡਲ ਦੇ ਵਿੱਚ ਹੁੰਦਾ, ਉਹਦਾ ਦੋਨਾਂ ਜਿਹੜੀਆਂ ਵਾ ਪਾਰਟੀਆਂ ਉਹਨਾਂ ਦਾ ਸਵਾਲ ਪੁੱਟਅਪ ਕਰਨਾ ਹੁੰਦਾ ਹੈ। ਜਲਸਾ ਬਿਲਕੁਲ ਜੀ, ਵੈਸੇ ਵੀ ਆਪਾਂ ਦੇਖਦੇ ਹਾਂ, ਚਲੋ ਵੀ ਫਰੀਡਮ ਆਫ ਸਪੀਚ ਦੀ ਗੱਲ ਸੁਣਦੇ ਬਹੁਤ ਹਾਂ, ਪਰ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਵੀ ਜਿਹੜੇ ਲੋਕ ਫਰੀਡਮ ਆਫ ਸਪੀਚ ਦੀ ਮੰਗ ਕਰਦੇ ਆ, ਉਹ ਆਪ ਹੀ ਕਈ ਵਾਰੀ ਵੀ ਜੇ ਕੋਈ ਧਿਰ ਉਹਨਾਂ ਦੇ ਨਾਲ ਅਸਹਿਮਤ ਆ ਤਾਂ ਉਹਨੂੰ ਫਰੀਡਮ ਆਫ ਸਪੀਚ ਦੇਣ ਦੇ ਉਹ ਖਿਲਾਫ ਹੋ ਜਾਂਦੇ ਆ ਜੀ। ਹਾਂਜੀ, ਉਹਨੂੰ ਨਹੀਂ ਫਿਰ ਉਹਨਾਂ ਨੇ ਬੋਲਣ ਦੇਣਾ, ਜਿਹੜਾ ਉਹਨਾਂ ਦੀ ਬੱਲੇ ਬੱਲੇ ਕਰਾ ਰਿਹਾ ਉਹ ਬਹੁਤ ਵਧੀਆ ਬੰਦਾ ਫਿਰ ਉਹਨੂੰ ਚੰਗਾ ਕਹੇ। ਅੱਛਾ, ਅਤੇ ਦੱਸੋ ਕਿਰਪਾਲ ਸਿੰਘ ਜੀ, ਕਿ ਥੋੜ੍ਹਾ ਜਿਹਾ ਸੁਦਾਗਰ ਸਿੰਘ ਜੀ ਕਿ ਜਿਹੜੇ ਇਨਵੀਟੇਸ਼ਨ ਹਨ ਪੋਲੀਟੀਕਲ ਲੀਡਰਸ ਨੂੰ ਵੀ ਗਏ ਹਨ, ਭਾਰਤ ਤੋਂ ਵੀ ਕੋਈ ਬੁਲਾਰਾ ਬੁਲਾਇਆ ਜਾਂ ਕੀ ਸਟੇਜ ਦਾ ਸਾਰਾ ਪ੍ਰਬੰਧ ਹੈ? ਆਪਣੇ ਜੋਲ ਸਾਹਿਬ ਇਹਦੇ ਵਿੱਚ ਜਿਹੜੇ ਇੱਥੇ ਦੇ ਆਪਣੇ ਪੋਲੀਟੀਸ਼ੀਅਨ ਆ ਉਹਨਾਂ ਨੂੰ ਸਾਰਿਆਂ ਨੂੰ ਇਨਵੀਟੇਸ਼ਨ ਭੇਜ ਦਿੱਤੇ ਗਏ ਨੇ, ਜਿਵੇਂ ਆਪਣੇ ਪੀ ਸੀ ਪਾਰਟੀ ਜਾਂ ਲਿਬਰਲ ਅਤੇ ਨਾਲ ਐੱਨ ਡੀ ਪੀ, ਅਤੇ ਭਾਰਤ ਤੋਂ ਤਾਂ ਮੇਰਾ ਖਿਆਲ ਸ਼ਾਇਦ ਮੇਰੀ ਨੌਲੇਜ ਵਿੱਚ ਨਹੀਂ ਹੈ, ਅਤੇ ਅਗਰ ਹੋਇਆ ਤਾਂ ਜ਼ਰੂਰ ਅਸੀਂ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਨਾਲ ਅਪਡੇਟ ਜ਼ਰੂਰ ਕਰਾਂਗੇ। ਅੱਛਾ, ਇਹ ਜਿਹੜਾ ਹੁਣ ਇੱਕ ਨਵਾਂ ਟ੍ਰੈਂਡ ਚੱਲਿਆ ਵੀ ਡਾਊਨਟਾਊਨ ਦੇ ਵਿੱਚ ਲਿਬਰਲ ਪਾਰਟੀ ਦੀ ਚੜ੍ਹਤ ਅਤੇ ਇੱਥੇ ਕੰਜ਼ਰਵੇਟਿਵ ਜਾਂ ਕਹਿ ਲਓ ਵੀ ਮਲਟਨ ਤੋਂ ਰਕਸਡੇਲ ਗੁਰਦੁਆਰਾ ਸਾਹਿਬ ਦੇ ਵਿੱਚ ਘੱਟ ਪੋਲੀਟੀਕਲ ਦਖਲਬਾਜ਼ੀ, ਲਿਬਰਲ ਪਾਰਟੀ ਬਿਲਕੁਲ ਹੀ ਸਨੱਬ ਉਹਦੇ ਵਿੱਚ ਕੀਤੀ ਗਈ, ਇਸ ਤਰ੍ਹਾਂ ਦੀ ਕੋਈ ਗੱਲਬਾਤ? ਨਹੀਂ, ਐਸੀ ਕੋਈ ਗੱਲ ਨਹੀਂ ਜੀ। ਇਹ ਜਿਹੜਾ ਗੁਰਦੁਆਰਾ ਸਾਹਿਬ ਦੀ ਆਪਣਾ ਤਾਂ ਵੱਧ ਤੋਂ ਵੱਧ ਮੈਸੇਜ ਦੇਣ ਦਾ ਹੀ ਮਕਸਦ ਹੈ, ਤਾਂ ਉਹਦੇ 'ਚ ਇਹੋ ਜਿਹਾ ਕੋਈ ਬਿਯੋਂਡ ਪਾਰਟੀ ਲਾਈਨਸ ਇਹ ਗੱਲ ਹੋਣੀ ਚਾਹੀਦੀ ਹੈ। ਜੇ ਤੁਸੀਂ ਸਿਰ ਦੋ ਕੌਮ ਵਾਸਤੇ ਜੇ ਸਟੇਜਾਂ ਸਾਂਭ ਕੇ ਕੰਟਰੋਲ ਕਰਨਾ, ਦੈਟ ਇਜ਼ ਅ ਡਿਫਰੈਂਟ ਥਿੰਗ। ਪਰ ਇਹ ਜੋ ਅਸੀਂ ਆਪਣੀ ਕੌਮ ਦੇ ਸ਼ਹੀਦਾਂ ਨੂੰ ਯਾਦ ਕਰਨ ਲਈ ਉੱਥੇ ਪਹੁੰਚੇ ਹਾਂ, ਅਤੇ ਇਹ ਤਾਂ ਸਾਡੇ ਲਈ ਇਹ, ਬਲਕਿ ਜੇ ਕੋਈ ਪੋਲੀਟੀਸ਼ੀਅਨ ਆਉਂਦਾ ਅਤੇ ਤੁਹਾਡੇ ਨਾਲ ਸੋਲੀਡੈਰਿਟੀ 'ਚ ਖੜਦਾ ਇਸ ਮਸਲੇ 'ਤੇ, ਇਹ ਦੇ ਸ਼ੁੱਡ ਬੀ ਮੋਸਟ ਵੈਲਕਮ, ਅਤੇ ਬਿਲਕੁਲ ਬਣਦਾ ਸਨਮਾਨ ਵੀ ਮਿਲਣਾ ਚਾਹੀਦਾ ਉਹਨਾਂ ਨੂੰ ਕਿ ਸਾਡੀ ਕੌਮ ਦੇ ਨਾਲ ਉਹ ਇਸ ਹਮਦਰਦੀ ਪ੍ਰਗਟ ਕਰਨ ਆ ਰਹੇ ਜੀ। ਸੋ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਸਾਰੇ ਸਮਾਗਮ ਨਗਰ ਕੀਰਤਨ ਦੇ ਜੀ? ਹਾਂਜੀ, ਇਹ ਆਪਣੇ ਜੋਲ ਸਾਹਿਬ ਤਕਰੀਬਨ 12 ਵਜੇ ਸਟਾਰਟ ਹੋਵੇਗਾ ਜੀ, ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਤੋਂ, ਜਿਹੜਾ ਕਿ ਪੀਟਰ ਆਫਸਨ 'ਤੇ ਆਪਣੇ ਈਸਟ ਨੂੰ ਜਾਵੇਗਾ, ਅਤੇ ਮੋਹਰੇ ਡੈਕਸੀ ਰੋਡ 'ਤੇ ਫਿਰ ਨੌਰਥ ਨੂੰ ਜਾਵੇਗਾ ਜੀ ਇਹ, ਅਤੇ ਅੱਗੋਂ ਫਿਰ ਸੈਂਡਲਵੁੱਡ 'ਤੇ ਰਾਈਟ ਕਰੇਗਾ ਈਸਟ ਨੂੰ, ਅਤੇ ਫਿਰ ਅੱਗੇ ਸਿੱਧਾ ਜਾ ਕੇ ਆਪਣੇ ਇਹ ਏਅਰਪੋਰਟ ਜਦੋਂ ਕ੍ਰੋਸ ਕਰੇਗਾ ਅਤੇ ਉਸ ਦੀ ਅੱਗੇ ਹੰਬਰ ਵੈਸਟ ਰੋਡ ਬਣ ਜਾਂਦੀ ਹੈ ਜੀ, ਅਤੇ ਹੰਬਰ ਵੈਸਟ 'ਤੇ ਸਿੱਧਾ ਇਹ ਜਾ ਕੇ, ਅਤੇ ਫਿਰ ਜਦੋਂ ਆਪਣੇ ਇੱਕ ਕੈਸਟਰ ਮੋੜ ਤੁਸੀਂ ਕ੍ਰੋਸ ਕਰਦੇ ਹੋ, ਅਤੇ ਅੱਗੇ ਫਿਰ ਵਿਲੀਅਮ ਪਾਰਕਵੇ 'ਤੇ ਰਾਈਟ ਕਰਕੇ, ਅਤੇ ਫਿਰ ਇਹ ਸਨਪੈਕ 'ਤੇ ਲੈਫਟ ਕਰੇਗਾ, ਤਕਰੀਬਨ 12 ਵਜੇ ਸਟਾਰਟ ਹੋਵੇਗਾ ਜੀ, ਅਤੇ 5 ਵਜੇ ਤੋਂ ਪਹਿਲਾਂ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ 'ਤੇ ਪਹੁੰਚ ਜਾਵੇਗਾ। ਅੱਛਾ, ਉਹਨਾਂ ਸੰਗਤਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਕਿ ਰਾਹ 'ਚ ਹੀ ਰੁਕ ਜਾਂਦੇ ਹਨ, ਜਾਂ ਫਿਰ ਉਹ ਗੁਰਦੁਆਰਾ ਸਾਹਿਬ ਜਦੋਂ ਆਰੰਭਤਾ ਹੁੰਦੀ ਹੈ ਉੱਥੇ ਵੀ ਨਹੀਂ ਮੱਥਾ ਟੇਕਦੇ, ਰਾਹ ਦੇ ਵਿੱਚ ਮੱਥਾ ਟੇਕ ਲੈਂਦੇ ਅਤੇ ਐਂਡ 'ਤੇ ਵੀ ਨਹੀਂ ਜਾਂਦੇ? ਸੋ ਉਹਨਾਂ ਨੂੰ ਤੁਹਾਡਾ ਕੀ ਸੰਦੇਸ਼ ਹੈ ਜੀ, ਇਹ ਕਿਸ ਤਰ੍ਹਾਂ ਜਿਹੜੀ ਆ ਸੰਗਤ ਆ, ਇੱਕ ਗੁਰਦੁਆਰਾ ਸਾਹਿਬ ਤੋਂ ਜਦੋਂ ਨਗਰ ਕੀਰਤਨ ਦੀ ਸ਼ੁਰੂਆਤ ਹੁੰਦੀ ਹੈ, ਰਵਾਨਗੀ ਹੁੰਦੀ ਹੈ, ਅਤੇ ਅੰਤੀਕ ਉਹ ਨਾਲ ਰਹਿਣ, ਕਿੱਦਾਂ ਇਹ ਹੋ ਸਕਦਾ ਜੀ? ਕਿਉਂਕਿ ਬਹੁਤ ਸਾਰਾ ਜਦੋਂ ਆਪਾਂ ਵੇਖਦੇ ਹਾਂ ਮਾਲਟਨ ਗੁਰਦੁਆਰਾ ਸਾਹਿਬ ਤੋਂ ਰੈਕਸਪੁਰ ਗੁਰਦੁਆਰਾ ਸਾਹਿਬ ਵਿਸਾਖੀ ਦਾ ਨਗਰ ਕੀਰਤਨ ਹੁੰਦਾ, ਬਹੁਤ ਸਾਰੀ ਸੰਗਤ ਜਿਹੜੀ ਹੈ ਰਾਹ 'ਚ ਹੁੰਦੀ ਹੈ, ਗੁਰੂ ਮਹਾਰਾਜ ਸਾਹਿਬ ਦੇ ਪਿੱਛੇ ਬਹੁਤ ਘੱਟ ਹੁੰਦੀ ਹੈ, ਉਹਨਾਂ ਨੂੰ ਕੀ ਤੁਹਾਡਾ ਸੰਦੇਸ਼? ਦੇਖੋ ਜੀ, ਆਪਣੇ ਪੰਨੂ ਸਾਹਿਬ ਗੱਲ ਇਸ ਤਰ੍ਹਾਂ ਹੈਗੀ ਆ ਕਿ ਜਿਹੜਾ ਇਹ ਆਪਣੇ ਨਗਰ ਕੀਰਤਨ ਹੁੰਦੇ ਨੇ, ਇਹ ਆਪਣੀਆਂ ਕੌਮ ਦੀ ਚੜ੍ਹਦੀ ਕਲਾ ਦੇ ਹੁੰਦੇ ਨੇ, ਅਤੇ ਜਿੰਨੀਆਂ ਵੀ ਸੰਗਤਾਂ ਜਾਂਦੀਆਂ ਉਹਨਾਂ ਨੂੰ ਮਤਲਬ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਨਾਲ ਮਤਲਬ ਬਹੁਤ ਪਿਆਰ ਹੁੰਦਾ, ਅਤੇ ਉਹਨਾਂ ਵਿੱਚ ਕਈ ਵਾਰੀ ਮਤਲਬ ਕੁਝ ਸੰਗਤ ਤਕਰੀਬਨ ਕਹਿ ਲਓ ਵੀ ਆਪਾਂ ਉਹਨਾਂ ਦਾ ਇਹ ਇੰਟਰਸਟ ਨਹੀਂ ਹੁੰਦਾ ਕਿ ਨਾਲ ਜਾਣ ਦਾ, ਪਰ ਮੇਰਾ ਖਿਆਲ ਹੈ ਕਿ ਜਿਹੜੀਆਂ ਸੰਗਤਾਂ ਆਪਣੇ ਇਹ ਫਿਜ਼ੀਕਲੀ ਫਿੱਟ ਹਨ ਜਾਂ ਤੁਰ ਸਕਦੀਆਂ ਹਨ, ਉਹ ਤਾਂ ਤਕਰੀਬਨ ਨਾਲ ਹੀ ਜਾਂਦੀਆਂ ਨੇ, ਕਾਫੀ ਸੰਗਤ ਜਿਹੜੀ ਹੈ ਬਹੁਤ ਗਿਣਤੀ ਉਹ ਤਾਂ ਨਾਲ ਤੁਰੀ ਜਾਂਦੀ ਹੈ, ਪਰ ਕੁਝ ਇੱਕ ਹੁੰਦੀ ਹੈ ਜਿਹੜੀ ਸੰਗਤ ਕਿ ਉਹ ਕਹਿੰਦੇ ਵੀ ਚਲੋ ਕੋਈ ਗੱਲ ਨਹੀਂ, ਇੱਥੇ ਤੱਕ ਆਪਣਾ ਵੀ ਦਰਸ਼ਨ ਕਰਨੇ ਸੀ ਅਤੇ ਕਰ ਲਏ,
ਅਤੇ ਵੈਸੇ ਮੇਰੇ ਅਸੀਂ ਇਹ ਮਤਲਬ ਬੇਨਤੀ ਕਰਦੇ ਸੰਗਤ ਨੂੰ ਕਿ ਤੁਹਾਨੂੰ ਸ਼ੁਰੂ ਤੋਂ ਲੈ ਕੇ ਕੋਸ਼ਿਸ਼ ਕਰੋ ਕਿ ਤੁਸੀਂ ਆਪਣੇ ਇੱਕ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਤੱਕ ਤੁਸੀਂ ਨਾਲ ਜਾਓ। ਬਾਕੀ ਨਾਲ ਬੇਨਤੀ ਕਰਨੀ ਚਾਹੁੰਦੇ ਜੀ ਸੰਗਤ ਨੂੰ ਵੀ ਆਪਾਂ ਡਿਸਿਪਲਿਨ ਦਾ ਜ਼ਰੂਰ ਖਿਆਲ ਰੱਖੀਏ, ਵੀ ਸੇਵਾਦਾਰ ਉੱਥੇ ਹੁੰਦੇ ਆ ਸਾਰੇ ਨਗਰ ਕੀਰਤਨ ਦੇ ਵਿੱਚ, ਆਪਾਂ ਘਾਹ 'ਤੇ ਨਾ ਤੁਰੀਏ, ਸਿਟੀ ਦੀ ਪ੍ਰੋਪਰਟੀ 'ਤੇ ਜਿੱਦਾਂ ਆਪਾਂ ਇੱਕ ਚੰਗਾ ਪ੍ਰਦਰਸ਼ਨ ਕਰੀਏ ਕਿ ਆਪਾਂ ਇੱਕ ਸੁਲਝੀ ਹੋਈ ਕਮਿਊਨਿਟੀ ਹਾਂ, ਅਤੇ ਇੰਨੀ ਕੁ ਬੇਨਤੀ ਜ਼ਰੂਰ ਪ੍ਰਵਾਨ ਕਰਾਂ। ਅੱਛਾ ਪ੍ਰਿਤਪਾਲ ਜੀ, ਇੱਥੇ ਕਮਿਊਨਿਟੀ ਦੇ ਵਿੱਚ ਪਾੜਾ ਬਹੁਤ ਵੱਧ ਰਿਹਾ ਹੈ, ਸਾਡੀ ਹਿੰਦੂ ਵੀਰ ਕਮਿਊਨਿਟੀ ਜਿਹੜੀ ਹੈ ਉਹ ਸਿੱਖਾਂ ਦੇ ਤਿਉਹਾਰਾਂ 'ਤੇ ਅੱਜ ਕੱਲ੍ਹ ਕੰਨੀ ਕਤਰਾਉਂਦੇ ਹਨ, ਜਦੋਂ ਕਿ ਸਮਾਂ ਹੁੰਦਾ ਸੀਗਾ ਹਿੰਦੂ ਸਿੱਖ ਅਤੇ ਮੁਸਲਮਾਨ ਇਕੱਠੇ ਤਿਉਹਾਰ ਮਨਾਉਂਦੇ ਹੁੰਦੇ ਹੈਗੇ ਭਾਰਤ ਦੇ ਵਿੱਚ। ਤੁਸੀਂ ਕਿੱਦਾਂ ਸਾਡੇ ਹਿੰਦੂ ਵੀਰਾਂ ਨੂੰ ਤੁਸੀਂ ਸੱਦਾ ਦਿਓਗੇ ਤਾਂ ਕਿ ਉਹ ਵੀ ਸਾਨੂੰ ਇੱਕ ਭਾਰਤ ਦਾ ਅੰਗ ਸਮਝਦੇ ਹੋਏ, ਇੱਕ ਭਾਰਤੀ ਦਿਹਾੜੇ ਮਨਾਉਂਦੇ ਹੋਏ ਕੈਨੇਡਾ ਦੇ ਵਿੱਚ ਉਹ ਸ਼ਿਰਕਤ ਕਰਨ, ਕਿਉਂਕਿ ਜਿਹੜੀ ਇਸ ਵੇਲੇ ਦੂਰੀ ਬਣਦੀ ਜਾ ਰਹੀ ਹੈ ਇਹ ਬੜੀ ਨਿੰਦਣਯੋਗ ਹੈ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਸਿੱਟੇ ਜਿਹੜੇ ਆ ਇਹ ਠੀਕ ਨਹੀਂ ਨਿਕਲਣਗੇ, ਕਿਉਂਕਿ ਇੱਕ ਪੋਲੀਟੀਕਲੀ ਵੇਖ ਰਹੇ ਹਾਂ ਕਿ ਇਹ ਕਾਫੀ ਦਰਾੜ ਪੈ ਗਈ ਹੈ। ਜਦੋਂ ਕਿਤੇ ਕੋਈ ਸਾਡਾ ਹਿੰਦੂ ਵੀਰ ਜਿੱਤ ਪ੍ਰਾਪਤ ਕਰਦਾ ਤਾਂ ਉੱਥੇ ਭਾਰਤ ਦੇ ਨਾਅਰੇ ਲਾਏ ਜਾਂਦੇ ਹਨ, ਜਾਂ ਫਿਰ ਉੱਥੇ ਇਸ ਵੇਲੇ BJP ਪਾਰਟੀ ਦੇ ਮਿਸਟਰ ਮੋਦੀ ਦੇ ਨਾਅਰੇ ਲਾਏ ਜਾਂਦੇ ਹਨ, ਜਿਹੜੀ ਕਿ ਤੁਸੀਂ ਵੀਡੀਓ ਦਿਖਾਈ ਵੀ ਆ। ਕਿੱਦਾਂ ਤੁਸੀਂ ਇਹ ਸੰਤੁਲਨ ਬਣਾ ਕੇ ਰੱਖੋਗੇ ਜਿਹੜੇ ਕੌਮੀ ਦਿਹਾੜੇ ਹੁੰਦੇ ਹਨ? ਬਹੁਤ ਵਧੀਆ ਅਤੇ ਗੰਭੀਰ ਸਵਾਲ ਹੈ ਪੰਨੂ ਸਾਹਿਬ। ਹਾਂਜੀ, ਇਹ ਆਪਾਂ ਆਪਣੇ ਨਾਲ ਆਪਾਂ ਐਜ਼ ਅ ਡਾਇਸਪੋਰਾ ਜੋ ਆਪਾਂ ਬਾਹਰ ਆਏ ਹਾਂ, ਜੇ ਕੋਈ ਗੱਲ ਹੁੰਦੀ ਹੈ ਤਾਂ ਅੱਜ ਅਸੀਂ ਆਪਦਾ ਦੁਖੜਾ ਰੋ ਰਹੇ ਹਾਂ ਵੀ ਸਾਡੇ ਨਾਲ ਇੰਡੀਆ 'ਚ ਧੱਕਾ ਹੋਇਆ, ਸਾਡੇ ਨਾਲ 84 ਦੇ ਵਿੱਚ ਕੈਮੀਕਲ ਵਾਰਫੇਅਰ ਤਾਂ ਹੀ ਵਰਤਿਆ ਗਿਆ, USA ਨੇ ਅਟੈਕ ਕੀਤਾ ਇਰਾਕ 'ਤੇ ਇਸ ਕਰਕੇ ਜੀ ਸਦਾਮ ਹੁਸੈਨ ਨੇ ਗੈਸ ਦਿੱਤੀ ਕਰਦਾਂ 'ਤੇ ਮਾਰਤੇ, ਸਾਡੀ ਤਾਂ ਆਪਣੀ ਫੌਜ ਨੇ ਦਰਬਾਰ ਸਾਹਿਬ ਦੇ ਵਿੱਚ ਕੈਮੀਕਲ ਵਾਰਫੇਅਰ ਕੀਤੀ। ਉਦੋਂ ਮਾੜੀ ਗੱਲ ਕੀ ਹੋ ਸਕਦੀ ਹੈ ਵੀ ਜਿੱਦਣ ਜਦੋਂ ਤੁਸੀਂ ਜੰਗ ਛੇੜ ਦਿੰਦੇ, ਅਸੀਂ ਆ ਕੇ ਆਪਦਾ ਜੈਨੂਅਨ ਦੁਖੜਾ ਰੋ ਰਹੇ ਇੱਥੇ। ਅਤੇ ਇਹ ਇਹ ਜਿਹੜਾ ਜੋ ਟਰੈਂਡ ਹੁਣ ਇੰਡੀਆ ਦੇ ਵਿੱਚ ਚੱਲਿਆ ਵੀ ਮਾਈਨੋਰਿਟੀਜ਼ ਨੂੰ ਲਿੰਚਿੰਗ ਕਰਨੀ ਜਾਂ ਕੋਈ ਤੁਸੀਂ ਉਹ ਜੋ ਵੀ ਤੱਕ ਅੱਜ ਦੇਖੋ ਪਾਰਲੀਮੈਂਟ ਵਿੱਚ ਬੰਦਾ ਬੈਠਾ ਜਿਹਨੇ ਉਹ ਆਸਟ੍ਰੇਲੀਆ ਵਾਲੇ ਜਿਹੜੇ ਮਿਸ਼ਨਰੀ ਕ੍ਰਿਸਚਨ ਮਿਸ਼ਨਰੀ ਸਾਡੇ, ਸੋ ਤੁਸੀਂ ਦੇਖੋ ਮਾਲੇਗਾਓਂ ਵਾਲੇ ਜੋ ਟਰੈਂਡ ਉੱਥੇ ਚੱਲ ਰਿਹਾ। ਜੇ ਇੰਡੀਆ ਦੇ ਵਿੱਚ ਸਿਰਫ ਭਾਰਤ ਹੈ ਕੌਨਸਟੀਟਿਊਸ਼ਨ 'ਚ ਜਾਂ ਇੰਡੀਆ ਲਿਖਿਆ, ਉੱਥੇ ਹਿੰਦੁਸਤਾਨ ਵਰਡ ਨਹੀਂ ਆ। ਜੇ ਹਿੰਦੀ ਹਿੰਦੂ ਹਿੰਦੁਸਤਾਨ ਦੇ ਨਾਅਰੇ ਲੱਗਣਗੇ, ਜੇ ਹਿੰਦੁਸਤਾਨ ਜਸਟੀਫਾਈਡ ਹੈ ਤਾਂ ਫਿਰ ਖਾਲਿਸਤਾਨ ਵੀ ਜਸਟੀਫਾਈਡ ਹੈ। ਸੋ ਐਜ਼ ਲੌਂਗ ਐਜ਼ ਜੇ ਆਪਾਂ ਇਹ ਜੇ ਉਹ ਗੰਦੀ ਪੋਲੀਟਿਕਸ ਇੰਡੀਆ ਵਾਲੀ ਲਿਆ ਕੇ ਆਪਾਂ ਇਹ ਉਹੀ ਮਾਹੌਲ ਇੱਥੇ ਸ਼ੁਰੂ ਕਰਨਾ ਵੀ ਕੋਈ ਲੋਕਲ ਨੋਮੀਨੇਸ਼ਨ ਹੈ ਅਤੇ ਉੱਥੇ ਤੁਸੀਂ ਮੋਦੀ ਮੋਦੀ ਦੇ ਨਾਅਰੇ ਲਾਉਣੇ ਆ, ਅਤੇ ਇਟ ਵਿਲ ਹਰਟ ਦ ਫੀਲਿੰਗਸ। ਜਿਹੜਾ ਕੋਈ ਬੈਲੈਂਸਡ ਮਾਇੰਡਡ ਇੰਡੀਅਨ ਆ ਉਹ ਇਸ ਚੀਜ਼ ਤੋਂ ਗਰੇਜ਼ ਕਰਦਾ। ਆਪਣੇ ਗੁਰੂ ਨਾਨਕ ਮਿਸ਼ਨ ਦੇ ਫੇਸਬੁੱਕ ਪੇਜ ਵੀ ਹੈਗਾ, ਦੇਰ ਇਜ਼ ਇਨਫ ਹਿੰਦੂਜ਼ ਦੈਟ ਫੋਲੋ ਇਟ, ਆਉਂਦੇ ਵੀ ਨੇ ਦਿਨ ਤਿਉਹਾਰਾਂ 'ਤੇ। ਪਰ ਇਹ ਬਹੁਤ ਵੈਸੇ ਇਹ ਸੋਚਣ ਵਾਲੀ ਗੱਲ ਹੈ ਵੀ ਇਹਨੂੰ ਕਿੱਦਾਂ ਟੈਕਲ ਕਰਨਾ ਹੈ, ਬਟ ਜਿਹੜਾ ਇਹ RSS ਦਾ ਏਜੰਡਾ ਜਾਂ ਇਹ ਉਹ ਹਿੰਦੀ ਹਿੰਦੂ ਹਿੰਦੁਸਤਾਨ ਵਾਲਾ, ਇਟ ਸ਼ੁੱਡ ਬੀ ਅ ਸੈਕੂਲਰ ਕੰਟਰੀ। ਪਰ ਫਿਰ ਜਦੋਂ ਇਹ ਇਹ ਪਾੜੇ ਵਧਣਗੇ ਜੇ ਉਹੀ ਟਰੰਪ ਵਾਲੀ ਜਾਂ ਮੋਦੀ ਵਾਲੀ ਪੋਲਿਸੀਆਂ ਚਲਾਉਣੀਆਂ ਤਾਂ ਆਈ ਥਿੰਕ ਇਟਸ ਨੋਟ ਗੋਇੰਗ ਟੂ ਵੈਰੀ ਪੋਜ਼ਿਟਿਵ। ਅੱਛਾ ਜੀ, ਕਦੀ ਤੁਸੀਂ ਇਹ ਸੋਚਿਆ ਕਿ ਆਪਾਂ ਜਦੋਂ ਕੋਈ ਦਿਨ ਤਿਉਹਾਰ ਮਨਾਇਆ ਜਾਂਦਾ ਹੈ ਸਿੱਖਾਂ ਦਾ ਅਤੇ ਅਸੀਂ ਹਿੰਦੂ ਸਭਾਵਾਂ ਅਤੇ ਹਿੰਦੂ ਮੰਦਰ ਜਾਂ ਹਿੰਦੂ ਲੀਡਰਸ਼ਿਪ ਨੂੰ ਮੈਸੇਜ ਦਈਏ ਕਿ ਤੁਸੀਂ ਆਓ, ਅਤੇ ਉਹਨਾਂ ਦੇ ਜਦੋਂ ਦਿਨ ਤਿਉਹਾਰ ਹੁੰਦੇ ਹਨ ਅਤੇ ਉਦੋਂ ਉਹ ਸੱਦਾ ਦੇਣ ਅਤੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਜਾਂ ਸੰਸਥਾਵਾਂ ਜਿਹੜੀਆਂ ਹਨ ਸਿਰਕੱਢ ਦਾ ਸੰਸਥਾਵਾਂ ਹਨ ਉੱਥੇ ਪਹੁੰਚਣ, ਮੰਦਰਾਂ 'ਚ ਪਹੁੰਚਣ, ਕਦੀ ਇਹ ਇਹ ਵਿਚਾਰ ਕੀਤੀ ਗਈ ਹੈ? ਇਹ ਤਾਂ ਬਹੁਤ ਵਧੀਆ ਗੱਲਾਂ ਪੰਨੂ ਸਾਹਿਬ, ਇਹ ਜੇ ਇੱਦਾਂ ਆਪਾਂ ਵਿਚਾਰਾਂ ਕਰਨ ਲੱਗ ਜਾਈਏ ਤਾਂ ਇੱਦੂ ਵਧੀਆ ਗੱਲ ਕੀ ਹੋ ਸਕਦੀ ਆ। ਪਰ ਜੋ ਮੈਂ ਇੰਡੀਆ ਦੇ ਵਿੱਚ ਅਸੀਂ ਮੈਂ 89 'ਚ ਕੈਨੇਡਾ ਆਇਆ, 84 ਸਾਰੀ ਦੇਖੀ ਉੱਥੇ ਜੀ। ਜੇ ਈਵਨ ਪੰਜਾਬ ਦਾ ਹਿੰਦੂ ਵੀ ਸੁਹਿਰਦ ਹੋ ਜੇ ਪੰਜਾਬ ਲਈ ਤਾਂ ਦੈਟ ਵੁੱਡ ਮੇਕ ਅ ਲੋਟ ਆਫ ਡਿਫਰੈਂਸ। ਮੇਰਾ ਕਹਿਣ ਦਾ ਭਾਵ ਇਹ ਆ ਵੀ ਜੇ ਅੱਜ ਉੱਥੇ ਮਰਦਮਸ਼ੁਮਾਰੀ ਹੋ ਜੇ, ਹਿੰਦੂ ਹਿੰਦੀ ਆਪਣੀ ਲੈਂਗੁਏਜ ਲਿਖਾਉਂਦਾ, ਪੰਜਾਬੀ ਨਹੀਂ ਲਿਖਾਉਂਦਾ, ਵਿਚ ਇਜ਼ ਵੈਰੀ ਸੈਡ। ਮੈਂ ਪੰਜਾਬ ਦੇ ਵਿੱਚ ਵੀ ਅੱਜ ਮਰਦਮਸ਼ੁਮਾਰੀ ਹੋ ਜੇ ਤਾਂ ਪੰਜਾਬੀ ਲੈਂਗੁਏਜ ਬੋਲਣ ਵਾਲੇ ਘੱਟ ਹੈ ਉੱਥੇ, ਇੰਨਾ ਕਾਫੀ ਰਲਾ ਮਿਲਾ ਹੋ ਗਿਆ। ਦਰਬਾਰ ਸਾਹਿਬ ਮੈਂ ਗਿਆ, ਉਹ ਇੱਕ ਟੂਰਿਸਟ ਅਟਰੈਕਸ਼ਨ ਬਣ ਗਈ ਹੈ, ਉੱਥੇ ਅੱਗੇ ਵਾਲੀ ਜਿਹੜੀ ਪੀਸ ਮਿਲਦੀ ਹੈ ਉੱਥੇ ਤਾਂ ਤੁਸੀਂ ਮੱਥਾ ਟੇਕਣ ਜਾਓ, ਲੋਕ ਫੋਟੋਆਂ ਖਿਚਾ ਰਹੇ ਉੱਥੇ, ਤੁਹਾਨੂੰ ਲੱਗਦਾ ਨਹੀਂ ਤੁਸੀਂ ਦਰਬਾਰ ਸਾਹਿਬ। ਸੋ ਐਵਰੀਥਿੰਗ ਇਜ਼ ਇੰਟਰ ਰਿਲੇਟਡ।
जो दर्शनी दिवड़ी तो बाहर निकल के जो उत्थे दुकाना च मसाला विक रहा है वो मूर्ति पूजा तो गुरु नानक साहब की मूर्ति स्थापित करती है, तो सो आई डोंट नो किधर जा रहा है काम। वैसे एक आम हिंदू परिवार को तो क्रैडिट देना बनता मैं समझागा जी कि जे सदियों तो सिख कौम बधी फुली यह हिंदू परिवारों का हौसला से कि एक बच्चे वो सिख बनाते सो मैं नहीं समझागा कि एक आम हिंदू परिवार या कोई व्यक्ति सिखा के खिलाफ है या सिख कौम के खिलाफ है या पंजाबी के खिलाफ है या पंजाब के खिलाफ है। सरकार का एक डिसीजन से मूर्ख ताना भरिया है जी, मैं तो बड़ी वड्डी बजर गलती सी जी, पर एक आम एवरेज हिंदू का मैं नहीं समझागा कुछ सीधे तौर पर रोल है जो चाहते हो भी अटैक कर दौ है जी भी ठीक है जथेबंदियों का तुम ना लेंदे हो, बट एक आम सुहिरद हिंदू व्यक्ति मैं समझागा जी भी उस तरीके सिखा दे साडे गुरु साहिबां दा सत्कार सानू पता ना जी किस तरीके नाल। लेकिन जोल साहब जेकर अज दी गल करिए अज ते ओ नितर के कह रहे हन अगे से निकल ओ 84 दे विच जरूर एक मूर्खताना जेड़ा वड सीजन सीगा उस टाइम ते जेड़ा पाड़ा वध चुका है ओ किते भी पैरलल चल रहा है कितने भी बंद हों नजर नहीं आ रहा। लेकिन जो पिछले दिन चोणा हुई हैं वो सीधा ही कहा गया कि हिंदू भाई ने बीजेपी ने वोट पा जदों के कनेडा के जेकर यहोजा शब्द बोल दिता जाए तो मैनू जापता कि वो सारा जे जी कंस्टिट्यूएंसी है बिल्कुलों वह वाइट हो जूगी या बिल्कुलों क्लीन हो जूगी और उत्थे ते नित दिन कोई ना कोई अजिहियां गल्लां कीतियां जा रही हैं ते नॉर्थ बंगाल दे विच वेखो किहो जिहियां हरकतां हो रही हैं अज दी तुसीं हुण वी वेख लवो उत्थे किद्दां असीं इह नहीं कहिंदे कि राम जी दे नारे ना लगन राम जी दे हक दे विच ना कोई बोले राम जी दे हक दे विच जरूर बोलो जय श्री राम कह सकदे हो लेकिन उहनूं पोलिटिकली वेव बना के एक सरकार ਬਣਾਉਣ ਵਾਸਤੇ ਲੋਕਾਂ ਨੂੰ ਵਰਗਾਇਆ ਜਾ ਰਿਹਾ ਹੈ ਇਸ ਵੇਲੇ ਵੱਡੀ ਗਿਣਤੀ ਵਿੱਚ। ਮੈਂ ਜੇ ਐਡ ਕਰ ਦਵਾਂ ਵੀ ਤੁਸੀਂ ਲੋਕਲ ਉੱਥੇ ਇੰਡੀਆ ਦੇ ਵਿੱਚ ਯੂ ਕੈਨ ਫੂਲ ਦਾ ਪੀਪਲ, ਪਰ ਜਿਹੜੇ ਹੁਣ ਬਾਹਰ ਨਿਊਜ਼ ਆਉਂਦੀ ਹੈ ਕਿ 43% ਕ੍ਰਿਮੀਨਲੀ ਚਾਰਜਡ ਅੱਗੇ ਨਾਲੋਂ ਵੱਧ ਕੇ ਉੱਥੇ ਜਿਹੜੇ ਐਮ ਪੀ ਬਣੇ ਆ ਜਿਹੜੇ ਮਾਲੇਗਾਓਂ ਵਰਗੇ ਬੌਂਬ ਬਲਾਸਟ ਦੇ ਵਿੱਚ ਇਨਵੋਲਵ ਸੀ ਉਹ 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 ਉਹਨਾਂ ਨੂੰ ਤੁਸੀਂ ਐਮ ਪੀ ਬਣਾ ਰਹੇ ਹਾਂ ਤਾਂ ਜੇ ਮੇਰਾ ਇੱਕ ਬਹੁਤ ਵੱਡਾ ਸਵਾਲ ਹੁੰਦਾ ਹੈ ਵੈਸੇ ਹੀ ਆਪਾਂ ਵਿਚਾਰ ਕਰ ਰਹੇ ਹਾਂ ਕਿ ਜੇ ਫਰਜ਼ ਕਰੋ ਅਯੋਧਿਆ ਦੇ ਵਿੱਚ ਜੇ ਰਾਮ ਮੰਦਰ ਸੀ ਢਾ ਕੇ ਕਿਸੇ ਮੁਸਲਮਾਨ ਰਾਜੇ ਨੇ ਉੱਥੇ ਮਸਜਿਦ ਬਣਾ ਦਿੱਤੀ ਅਤੇ ਆਪਾਂ ਉਸਨੂੰ ਗਲਤ ਕਹਿੰਦੇ ਹਾਂ, ਪਰ ਅੱਜ ਤੁਹਾਡਾ ਰਾਜ ਆ ਤੁਸੀਂ ਇੱਕ ਮਸਜਿਦ ਢਾ ਕੇ ਮੰਦਰ ਬਣਾ ਦੋਗੇ ਤਾਂ ਵਟਸ ਦਾ ਡਿਫਰੈਂਸ ਕੀ। ਮੈਂ ਥੋੜ੍ਹਾ ਜਿਹਾ ਇਹ ਵੀ ਚਾਹੁੰਦਾ ਕਿ ਆਪਾਂ ਆਪਣੇ ਘਰ ਵੱਲ ਵੀ ਦੇਖੀਏ ਵੀ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਉਣ ਵਾਲਿਆਂ ਦਾ ਜਿਹਨਾਂ 'ਤੇ ਦੋਸ਼ ਲੱਗਦਾ ਉਹਨਾਂ ਨੂੰ ਐਮ ਪੀ ਬਣਾ ਸਕਦੇ ਹਾਂ, ਉਹਨਾਂ ਨੂੰ ਤਾਂ ਅਸੀਂ ਤਾਂ ਹੀ ਕੁਝ ਕਹੀਏ ਜੀ ਆਪਣਾ ਘਰ ਆਪਣਾ ਠੀਕ ਹੋਵੇ। ਬਿਲਕੁਲ ਹੈ ਜੀ, ਇਹ ਇੰਟਰਨਲ ਪੋਲੀਟਿਕਸ ਹੈ ਵਿੱਚ ਆਪਣੇ ਜਿਹੜੀ ਆਪਾਂ ਇੱਥੇ ਇੱਕ ਕਲੀਨ ਜਿਹਾ ਐਟਮੋਸਫੇਅਰ 'ਚ ਬੈਠੇ ਹਾਂ, ਵੈਰੀ ਫੇਅਰ ਐਂਡ ਫੇਅਰ ਇਲੈਕਸ਼ਨਸ ਹੁੰਦੀਆਂ ਉਹ ਉੱਥੇ ਦਾ ਤੁਸੀਂ ਦੇਖ ਲਓ ਵੀ ਜਿੱਥੇ ਤਾਂ ਉਹਨਾਂ ਨੂੰ ਪਬਲਿਕ ਬੋਲਣ ਨਹੀਂ ਦੇ ਰਹੀ ਉਹ ਐਮ ਪੀ ਬਣ ਗਏ, ਸੋ ਯੂ ਹੈਵ ਟੂ ਸੀ ਵੀ ਇਹ ਮਤਲਬ ਇਹਨਾਂ ਨੂੰ ਤਾਂ ਪੰਜਾਬੀਆਂ ਨੇ ਸਿੱਖਾਂ ਨੇ ਆਪ ਨਹੀਂ ਪਾਈਆਂ। ਮਿਸਿਸ ਖਾਲੜਾ ਦੀ ਗੱਲ ਹੋ ਰਹੀ ਸੀ ਵੀ ਕੀ ਕੌਮ ਇੰਨੀ ਕਿਰਤਕਣ ਹੋ ਗਈ ਕਿ ਉਹ 25,000 ਲਾਸ਼ਾਂ ਨੂੰ ਲੱਭਣ ਵਾਲਾ ਜਿਹੜਾ 26ਵੀਂ ਲਾਸ਼ 25,000 ਹੋ ਗਈ ਉਹਦੇ ਉਹਦੀ ਸ਼ਹੀਦੀ ਨੂੰ ਵੀ ਨਹੀਂ ਤੁਹਾਡਾ ਖਿਆਲ ਕੌਮ ਨੇ ਵੋਟ ਪਾਈ, ਉਹਨਾਂ ਦੇ ਮੁਕਾਬਲੇ ਉਸੇ ਪਾਰਟੀ ਦਾ ਬੰਦਾ ਚੁਣਿਆ ਜਿਹਨਾਂ ਨੇ ਉਹ ਸਾਰੀਆਂ ਨਸਲ ਖੁਸ਼ੀਆਂ ਕੀਤੀਆਂ, ਸੋ ਉਹਨਾਂ ਦਾ ਚੁਣ ਲਿਆ ਸੋ ਬੀਜੇਪੀ ਨੂੰ ਆਪਾਂ ਕੀ ਕਹਿ ਲਈ ਜੀ। ਜਲ ਸਾਹਿਬ ਇਸ਼ਾਰਾ ਹੋ ਰਿਹਾ ਕਿ ਕਮਰਸ਼ਲ ਬ੍ਰੇਕ ਲਈ ਜਾਵੇ ਤੇ ਬਾਅਦ ਚ ਆਪਾਂ ਬ੍ਰਿਗੇਡੀਅਰ ਨਵਾਬ ਸਿੰਘ ਨੂੰ ਪ੍ਰੋਗਰਾਮ ਦੇ ਵਿੱਚ ਸੁਦਾਗਰ ਸਿੰਘ ਜੀ ਨੇ ਕੋਈ ਮੈਸੇਜ ਹੋਰ ਨਗਰ ਕੀਰਤਨ ਬਾਰੇ ਵੈਸੇ ਆਪਾਂ ਲੈਂਦੇ ਰਵਾਂਗੇ ਪ੍ਰਿਤਪਾਲ ਜੀ ਨਾਲ ਬੈਠ ਰਹੇ। ਹਾਂਜੀ ਜੋਹਰ ਸਾਹਿਬ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਵੀ ਜਿਹੜੇ ਆਪਣੇ ਹੋਰ ਕਮਿਊਨਿਟੀਆਂ ਦੇ ਆ ਜਿਵੇਂ ਹਿੰਦੂ ਕਮਿਊਨਿਟੀ ਹੋ ਗਈ ਜਾਂ ਮੁਸਲਮਾਨ ਕਮਿਊਨਿਟੀ ਹੋ ਗਈ ਆ ਅਤੇ ਜਾਂ ਜਿਹੜਾ ਹੋਰ ਵੀ ਕੋਈ ਮਤਲਬ ਆਉਣਾ ਚਾਹੁੰਦਾ ਕਿਉਂਕਿ ਗੁਰਦੁਆਰਾ ਅਤੇ ਸਾਹਿਬ ਤੁਹਾਨੂੰ ਪਤਾ ਕਿ ਸਾਰਿਆਂ ਵਾਸਤੇ ਮਤਲਬ ਖੁੱਲ੍ਹਾ ਹੁੰਦਾ ਓਪਨ ਆ ਅਤੇ ਸਾਰਿਆਂ ਨੂੰ ਮਤਲਬ ਉੱਥੇ ਵੈਲਕਮ ਆ ਜੀ ਅਤੇ ਬਾਕੀ ਜਿਵੇਂ ਲਾਈਕ ਤੁਸੀਂ ਦੇਖਿਆ ਹੋਣਾ ਕਿ ਪਿੱਛੇ ਜੇ ਕਿਸੇ ਵੀ ਕੁੜੀ ਨਾਲ ਇੰਡੀਆ ਦੇ ਵਿੱਚ ਕੋਈ ਰੇਪ ਹੁੰਦਾ ਬੇਸ਼ੱਕ ਉਹ ਕਿਸੇ ਧਰਮ ਦੀ ਹੈ, ਪਰ ਇੱਥੇ ਵੀ ਉਦੋਂ ਵੀ ਅਸੀਂ ਇੱਥੇ ਆਪਣੇ ਕੈਂਡਲ ਲਾਈਟ ਕੀਤੀ ਸੀ ਕਿਉਂਕਿ ਜਿਹੜਾ ਸਿੱਖ ਆ ਉਹ ਤਾਂ ਹਮੇਸ਼ਾ ਸਰਬੱਤ ਦਾ ਭਲਾ ਮੰਗਦਾ ਹੈ ਅਤੇ ਮੈਂ ਇਹ ਵੀ ਬੇਨਤੀ ਕਰਦਾ ਕਿ ਜਿਹੜੇ ਹੋਰ ਕੌਮਾਂ ਦੇ ਆ ਉਹਨਾਂ ਨੂੰ ਵੀ ਜਦੋਂ ਸਾਡੇ ਕੋਲ ਸਿੱਖਾਂ ਨਾਲ ਕੋਈ ਧੱਕਾ ਹੁੰਦਾ ਅਤੇ ਉਹਨਾਂ ਨੂੰ ਵੀ ਆਪਣਾ ਫਰਜ਼ ਸਮਝ ਕੇ ਵੈਸੇ ਨਾਲ ਖੜਨਾ ਚਾਹੀਦਾ ਜੀ। ਅਤੇ ਬਾਕੀ ਅਸੀਂ ਆਖਿਰ ਵਿੱਚ ਮੈਂ ਇਹੀ ਬੇਨਤੀ ਕਰਦਾ ਕਿ ਜਿਹੜਾ ਇਹ ਨਗਰ ਕੀਰਤਨ ਹੈ ਜੀ ਇਹ 9 ਜੂਨ 3 ਐਤਵਾਰ
ਨੂੰ ਆਪਣੇ ਗੁਰੂ ਨਾਨਕ ਮਿਸ਼ਨ ਸੈਂਟਰ ਬਰੈਂਪਟਨ ਤੋਂ ਚੱਲੇਗਾ ਜੀ। ਤਕਰੀਬਨ 12 ਵਜੇ ਸਟਾਰਟ ਹੋਵੇਗਾ ਜੀ ਅਤੇ 5 ਵਜੇ ਤੋਂ ਪਹਿਲਾਂ ਜੀ ਇਹ ਸੰਤ ਪੈਕ ਬੁਲੇਵਰਡ ਅਤੇ ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਦੇ ਵਿੱਚ ਇਹ ਪਹੁੰਚ ਜਾਵੇਗਾ। ਅਤੇ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਜਿਵੇਂ ਗੁਰਦੁਆਰਾ ਸਾਹਿਬ ਦੇ ਫੋਨ ਨੰਬਰ ਤੁਸੀਂ ਆਪਣੇ ਲਿਖਾਤੇ ਆ ਜੀ ਆਪਣੇ ਸਕਰੀਨ 'ਤੇ ਆ ਰਹੇ ਹੋਣਗੇ, ਅਤੇ ਉਹ ਤੁਸੀਂ ਮਤਲਬ ਆਪਣੇ ਉਹਨਾਂ 'ਤੇ ਫੋਨ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹਾਂ। ਅਤੇ ਵਾਹਿਗੁਰੂ ਜੀ ਕਾ ਖਾਲਸਾ। ਵੈਸੇ ਬਹੁਤ ਹੀ ਪਿਆਰਾ ਆਈਡੀਆ ਜੀ, ਮੈਂ ਸਮਝਾਂਗਾ ਵੀ ਚਲੋ ਆਪਾਂ ਪਹਿਲ ਕਰ ਲਈਏ। ਗੁਰੂ ਸਾਹਿਬ ਨੇ ਸਾਨੂੰ ਤਾਂ ਨਿਮਰ ਰਹਿਣ ਦਾ ਹੁਕਮ ਕੀਤਾ ਹੋਇਆ ਹੈ, ਅਤੇ ਜੋ ਇਹ ਆਈਡੀਆ ਹੈ ਸਰਦਾਰ ਰਵਿੰਦਰ ਸਿੰਘ ਪੰਨੂ ਹੋਣਾ ਨੇ ਵੀ ਜ਼ਿਕਰ ਕੀਤਾ ਵੀ ਅਸੀਂ ਜੇ ਇਹ ਆਈਸ ਮੈਲਟ ਕਰਨੀ ਆ, ਇਹ ਦਰਾੜ ਨੂੰ ਆਪਾਂ ਮਿਟਾਉਣਾ ਆ, ਕਿਉਂ ਨਾ ਅਸੀਂ ਆਪਣੇ ਵੱਲੋਂ ਸ਼ੁਰੂ ਕਰ ਲਈਏ। ਉਹ ਕਰਦੇ ਆ ਨਹੀਂ ਕਰਦੇ ਆ, ਆਉਂਦੇ ਆ ਨਹੀਂ ਆਉਂਦੇ, ਉਹ ਗੱਲ ਵੱਖਰੀ ਹੈ। ਅਤੇ ਅਸੀਂ ਉਹਨਾਂ ਨੂੰ ਜਾ ਕੇ ਆਪ ਕਹੀਏ, ਪ੍ਰਬੰਧਕਾਂ ਉਹਨਾਂ ਦੀਆਂ ਹਾਂਜੀ ਪ੍ਰਬੰਧਕਾਂ ਨੂੰ ਕਮੇਟੀਆਂ ਨੂੰ ਕਿ ਆਓ ਜੀ ਸਾਡਾ ਨਗਰ ਕੀਰਤਨ ਹੈ ਅਤੇ ਤੁਸੀਂ ਆਓ, ਉਹ ਨਾ ਆਉਣ ਤਾਂ ਫਿਰ ਸਾਡਾ। ਵੇਖੋ ਜੇਕਰ ਸ਼ਹੀਦੀ ਦਿੱਤੀ ਗਈ ਆ ਗੁਰੂ ਅਰਜਨ ਦੇਵ ਜੀ ਤੋਂ ਲੈ ਕੇ ਅੱਜ ਤੱਕ, ਬਹੁਤ ਸਾਰੀਆਂ ਸ਼ਹੀਦੀਆਂ ਭਾਰਤ ਨੂੰ ਬਚਾਉਣ ਵਾਸਤੇ ਕੀਤੀਆਂ ਗਈਆਂ, ਕੌਮ ਨੂੰ ਬਚਾਉਣ ਵਾਸਤੇ ਕੀਤੀਆਂ ਗਈਆਂ। ਨਵੇਂ ਪਾਤਸ਼ਾਹ ਜੀ ਨੇ ਆਪਣਾ ਸੀਸ ਵਾਰਿਆ, ਸਾਹਿਬਜ਼ਾਦੇ ਸਾਡੇ ਚਾਰ ਜਿਹੜੇ ਸ਼ਹੀਦ ਹੋਏ, ਦਸਵੇਂ ਪਾਤਸ਼ਾਹ ਜੀ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ। ਇਹ ਸਾਰੀਆਂ ਸ਼ਹੀਦੀਆਂ ਭਾਰਤ ਨੂੰ ਬਚਾਉਣ ਵਾਸਤੇ ਕੀਤੀਆਂ ਗਈਆਂ ਜੀ। ਅਤੇ ਬਾਅਦ 'ਚ ਸੰਨ 47 ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੇ ਸ਼ਹੀਦੀਆਂ ਦਿੱਤੀਆਂ ਭਾਰਤ ਨੂੰ ਬਚਾਉਣ ਵਾਸਤੇ। ਸਿੱਖ ਕੋਈ ਜ਼ਿਆਦਾ ਕੁਝ ਨਹੀਂ ਮੰਗਦੇ, ਉਹ ਕਹਿੰਦੇ ਕਿ ਸਾਨੂੰ ਸਾਡੇ ਰਾਈਟਸ ਦੇ ਦਿੱਤੇ ਜਾਣ, ਅਸੀਂ ਉਹਨਾਂ 'ਚ ਰਹਿ ਕੇ ਖੁਸ਼ ਹਾਂ। ਲੇਕਿਨ ਜਿਹੜੀਆਂ ਏਜੰਸੀਜ਼ ਹਨ, ਗਵਰਨਮੈਂਟਾਂ ਹਨ, ਉਹ ਵੋਟ ਲੈਣ ਵਾਸਤੇ ਬਹੁਤ ਕੁਝ ਕਰਦੀਆਂ ਹਨ, ਅਤੇ ਜਿਹੜੀਆਂ ਵੋਟਾਂ ਦੀ ਜਦੋਂ ਰਾਜਨੀਤੀ ਹੋ ਜਾਂਦੀ ਹੈ ਅਤੇ ਉਹ ਫਿਰ ਕੌਮਾਂ ਦਾ ਜਿਹੜਾ ਵਾ ਸਤਿਆਨਾਸ਼ ਕਰ ਦਿੱਤਾ ਜਾਂਦਾ। ਲਓ ਅਸੀਂ ਇੱਕ ਕਮਰਸ਼ਲ ਬ੍ਰੇਕ ਲੈਂਦੇ ਹਾਂ, ਉਸ ਤੋਂ ਪਹਿਲਾਂ ਮੈਂ ਦੱਸਣਾ ਚਾਹੂੰਗਾ ਐਲ ਪੀ ਰੂਫਿੰਗ ਨੂੰ 8 ਬੰਦਿਆਂ ਦੀ ਜ਼ਰੂਰਤ ਹੈ, ਕੰਮ ਕਰਨ ਵਾਲੇ ਚਾਹੀਦੇ ਹਨ। ਐਲ ਪੀ ਰੂਫਿੰਗ ਦਾ ਨੰਬਰ ਹੈ ਬਲਵਿੰਦਰ ਸਿੰਘ ਜੀ ਦਾ 416-602-7216, 416-602-7216, ਅਤੇ ਤੁਸੀਂ ਸੰਪਰਕ ਪੈਦਾ ਕਰ ਸਕਦੇ ਹੋ। ਰੇਡੀਓ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜੇਕਰ ਤੁਸੀਂ ਰੇਡੀਓ ਨਵੇਂ ਜਿਹੜਾ ਸੁਰਸਾਗਰ ਦਾ ਰੇਡੀਓ ਸਪੈਸ਼ਲ ਰੇਡੀਓ 1994 ਤੋਂ ਤੁਹਾਡੇ ਹੱਥਾਂ ਦੇ ਵਿੱਚ ਜਾਂਦਾ ਹੈ, ਉਹ ਤੁਸੀਂ ਲਿਜਾ ਸਕਦੇ ਹੋ। ਘਰਾਂ ਵਿੱਚ ਬਹੁਤ ਵੱਡੀ ਗਿਣਤੀ 'ਚ ਇਹ ਰੇਡੀਓ ਹੈ, ਅਤੇ ਨਾਲ ਦੀ ਨਾਲ ਇਹ ਤੁਸੀਂ ਹੁਣ ਆਸਟ੍ਰੇਲੀਆ, ਇੰਗਲੈਂਡ ਅਤੇ ਕੈਨੇਡਾ ਦੇ ਵਿੱਚ ਟੈਲੀਫੋਨ ਰਾਹੀਂ ਵੀ ਸੁਣ ਸਕਦੇ ਹੋ। ਇਹਦੇ ਨੰਬਰ ਆਪ ਜੀ ਨੂੰ ਦਿੱਤੇ ਜਾਣਗੇ, ਅਤੇ ਨਾਲ ਦੀ ਨਾਲ ਤੁਸੀਂ ਸੁਰਸਾਗਰ ਰੇਡੀਓ ਦੀ ਜਿਹੜੀ ਸਾਈਟ ਆ SSTV.CA 'ਤੇ ਜਾ ਕੇ ਵੀ ਸੁਣ ਸਕਦੇ ਹੋ। ਲਓ ਕਮਰਸ਼ਲ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਪਰਤਦੇ ਹਾਂ।